ਕਾਮਯਾਬੀ ਤੱਕ ਪਹੁੰਚਣ ਲਈ ਦੋ ਤਰ੍ਹਾਂ ਦੇ ਰਸਤੇ ਹੁੰਦੇ ਨੇ। ਇੱਕ ਜੋ ਹੌਲੀ ਹੌਲੀ ਕਾਮਯਾਬੀ ਤੱਕ ਜਾਂਦਾ ਤੇ ਦੂਸਰਾ ਸਿੱਧਾ ਕਾਮਯਾਬੀ ਵੱਲ। ਸਿਆਸਤ ਦੇ ਵੱਡੇ ਖਿਡਾਰੀ ਲੋਕਾਂ ਦੀ ਸਿਆਣਪ ਤੋਂ ਨਹੀਂ ਭੋਲੇਪਣ ਦਾ ਫਾਇਦਾ ਲੈਂਦੇ ਨੇ। मेला लुटना इन खूब आतंत्र है तो धनी है दिमाग का भी गल हां वैसे जबान दे भी बड़े धनी हो बस दिमाग की थोड़ी जी मार है जिंदगी दे फैसले कर दे। ਉਂਤ ਬੁੱਧਾ ਹੋਦੂ ਪਰ ਉਹਨੂੰ ਮੂਤਣਾ ਨਹੀਂ ਆਉਣਾ। ਲੈ ਫਲਾਈ ਦਰ ਭਾਜੀ ਇੱਥੇ ਦੋ ਦੋ ਉਂਤ ਨੇ ਤੇ ਤੇ ਹਾਂ ਭਾਜੀ ਉਂਤ ਡੋਲੀ ਮਾਨੂੰ ਥਲੇ ਦੇ ਫਲਾਈ ਦਰ ਕੰਮ ਬੜੀ ਸਫਾਈ ਨਾਲ ਕਰਨਾ। ਦੁਨੀਆ ਜਾਣਦੀ ਹੈ ਬਿੱਲੇ ਨਾਗਣੀ ਦਾ ਨਿਸ਼ਾਨਾ ਤੇ ਜ਼ੁਬਾਨ ਮੇਰੇ ਸਾਲੇ ਦੇ ਦੋਵੇਂ ਪੱਕੇ ਨੇ। ਮੈਂ ਰਾਜਨੀਤੀ ਕਰਨੀ ਕਿਸੇ ਕਿਤਾਬਾਂ ਚੋਂ ਨਹੀਂ ਸਿੱਖੀ ਤੇ ਨਾ ਕਿਸੇ ਵੱਡੇ ਲੀਡਰ ਵੱਲ ਵੇਖ ਕੇ। ਮੈਂ ਇੱਕ ਐਸੇ ਕਿਸਾਨ ਦਾ ਪੁੱਤ ਹਾਂ ਜਿਹੜਾ ਸਾਰੀ ਉਮਰ ਲੋਕਾਂ ਲਈ ਜੀਵਿਆ ਤੇ ਲੋਕਾਂ ਲਈ ਮਰਿਆ। ਮੇਰੇ ਪਿਤਾ ਸਰਦਾਰ ਗੁਰਦੇਵ ਸਿੰਘ ਤੋਂ ਮੈਂ ਇਹੀ ਸਿੱਖਿਆ ਕਿ ਭਲਾ ਉਹਨਾਂ ਲੋਕਾਂ ਦਾ ਕੀਤਾ ਜਾ ਸਕਦਾ ਜੋ ਆਪਣਾ ਭਲਾ ਖੁਦ ਕਰਨਾ ਚਾਹੁੰਦੇ। ਯੂਨੀਵਰਸਿਟੀ ਸਕੈਮ ਦੇ ਮਾਮਲੇ ਵਿੱਚੋਂ ਲੋਕ ਸੇਵਾ ਪਾਰਟੀ ਕਿਸ ਤਰ੍ਹਾਂ ਆਪਣੇ ਆਪ ਨੂੰ ਕੱਢ ਪਾਏਗੀ? ਲੋਕ ਸੇਵਾ ਪਾਰਟੀ ਬੇਟੇ ਤੁਸੀਂ ਅੰਦਰ ਬੈਠੋ। ਹੋਰ ਨਹੀਂ ਸੁਣਾਈ ਦਿੰਦਾ ਤੁਹਾਨੂੰ? ਉਹ ਮੈਡਮ ਚੁੱਪ ਚਾਪ ਜਾ ਕੇ ਗੱਡੀ ਚ ਬਹਿ ਜਾ, ਇਹ ਧਰਨਾ ਤਾਂ ਏਦਾਂ ਹੀ ਚੱਲੂ। ਬੇਟਾ ਜੀ ਸਟੂਡੈਂਟ ਯੂਨੀਅਨ ਹਾਊਸ ਸੜਕ ਛੱਡ ਤੇ ਰਾਹ ਦੇ ਤਿੰਨਾ ਤੈਨੂੰ ਮੈਂ ਰਾਹ। ਗੁੱਸਾ ਸਰਕਾਰ ਤੇ ਹੈ ਤਾਂ ਸਰਕਾਰ ਤੇ ਰਹਿਣਾ ਚਾਹੀਦਾ। ਆਮ ਪਬਲਿਕ ਨੂੰ ਨੁਕਸਾਨ ਪਹੁੰਚਾਉਣਾ ਕਿੱਥੋਂ ਦੀ ਸਿਆਣਪ ਹੈ? ਸਿਆਣੇ ਤਾਂ ਤੁਹਾਡੀ ਪਾਰਟੀ ਦੇ ਲੀਡਰ ਹੀ ਨੇ ਜਿਹੜੇ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਰਹੇ ਨੇ। ਆਪਣੇ ਪੈਸਿਆਂ ਦੀ ਭੁੱਖ ਕਰਕੇ ਤੁਸੀਂ ਸਾਡੇ ਸਾਲਾਂ ਦੀ ਮਿਹਨਤ ਨੂੰ ਖਰਾਬ ਕਰ ਰਹੇ ਹੋ। ਅਸੀਂ ਇਹ ਸਰਕਾਰ ਤੇ ਪਾਰਟੀ ਦੀ ਹੋਂਦ ਖਤਮ ਕਰਕੇ ਹੀ ਸਾਹ ਲਵਾਂਗੇ। ਉਹਦੇ ਨਾਲ ਕੀ ਹੋਏਗਾ? ਖਤਮ ਕਰਨਾ ਹੈ ਤਾਂ ਭ੍ਰਿਸ਼ਟਾਚਾਰ ਨੂੰ ਖਤਮ ਕਰੋ। ਮੈਂ ਮੰਨਦਾ ਤੁਹਾਡੇ ਨਾਲ ਧੱਕਾ ਹੋਇਆ ਤੇ ਸੱਚ ਮੰਨਿਓ ਇਸ ਲੜਾਈ ਚ ਮੈਂ ਤੁਹਾਡੇ ਸਭ ਦੇ ਨਾਲ ਪਰ ਸ਼ਾਂਤੀ ਨਾਲ। ਇਹ ਭੰਨ ਤੋੜ ਆਮ ਜਨਤਾ ਦੀ ਹੀ ਤਕਲੀਫ ਵਧਾਏਗੀ। ਤੇਰੀਆਂ ਮਿੱਠੀਆਂ ਗੋਲੀਆਂ ਨਹੀਂ ਚਾਹੀਦੀਆਂ ਸਾਨੂੰ, ਦੇਖ ਕੀ ਰਹੇ ਓਏ। ਮੈਂ ਤੁਹਾਡੇ ਸਭ ਨਾਲ ਇਹ ਵਾਅਦਾ ਕਰਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਤੁਹਾਡੇ ਨਾਲ ਧੱਕਾ ਕੀਤਾ ਉਹਨਾਂ ਨੂੰ ਸਜ਼ਾ ਮਿਲੇਗੀ ਤੇ ਤੁਹਾਨੂੰ ਸਭ ਨੂੰ ਆਪਣਾ ਹੱਕ। ਜਾਓ ਮੈਡਮ ਜੀ। ਜਿੱਥੋਂ ਲਿਆ ਸੀ ਉੱਥੇ ਰੱਖ ਦੀ। ਮੇਰੀ ਇਹ ਚਿੱਠੀ ਪੱਗ ਸਿਆਸਤ ਚ ਮੇਰੇ ਕਿਰਦਾਰ ਦੀ ਨਿਸ਼ਾਨੀ ਰਹੀ ਹੈ ਤੇ ਮੇਰੇ ਤੇ ਹੀ ਇਹ ਐਜੂਕੇਸ਼ਨ ਸਕੈਮ ਵਾਲਾ ਦਾਗ ਲੱਗਣਾ ਸੀ। ਸੀਐਮ ਸਾਹਿਬ, ਵੈਸੇ ਇਸ ਵੇਲੇ ਸਾਨੂੰ ਸਮੱਸਿਆ ਬਾਰੇ ਨਹੀਂ ਉਹਦੇ ਹੱਲ ਬਾਰੇ ਸੋਚਣਾ ਚਾਹੀਦਾ।
मैनू समस्या बारे भी सोचना पैना है ते समस्या पैदा करने वाले बारे भी। ताया जी प्रधान साहब ने ठीक ही तो कहा दमन। ताया जी मैं कर हुन्ना इथे असी पार्टी दे मसले डिस्कस करन आए हां, परिवार ते पार्टी वख वख रहन ता दोवें बड़े वधिया चलदे रहिंदे ने बरखरदार। सर जदों दरिया पार करना ही है तो पानी घटिया की ते हड़ आया की? मतलब ए कि समस्या गंभीर जरूर है पर की ए दे करके असी अगली बार फिर सरकार बनाउण दे इरादे तो डोल सकदे? किसे भी कीमत ते नहीं युद्धवीर, पर इना हालातां च करिए ते की करिए? एक इनक्वायरी कमिशन बिठाओ, डिपार्टमेंट ते सारे वड्डे ऑफिसर्स दी सस्पेंशन, लोकां सामने तुहाडा माफीनामा और सब तो अहम एजुकेशन मिनिस्टर दा अस्तीफा। की पॉज कर रहा है? दमन की कहना चाहना है कि सब कुछ इना सौखा? 40 सीटा बचाउण दे लई 4 सीटा ते हिलजुल करनी पैंदी है, बाकी मैं सिर्फ राय दित्ती है ते तुसी जो भी फैसला करोगे मैं हमेशा तुहाडे नाल। युद्धवीर मैनू तेरे ते यकीन भी है ते माण भी। मेहरबानी सर। यकीन ते माण ये दोवें चीजां जिंदगी च मिलदियां नहीं, हासिल करनियां पैंदियां ने। मानवी पुत्र तू अज ही नींदरों आई है, ਉਹ ਥੋੜਾ ਆਰਾਮ ਕਰ ਲੈ, ਇਹ ਸਭ ਕੁਝ ਕਰਨ ਲਈ ਨੌਕਰ ਚੱਕਰ ਹੈਗੇ ਆ ਨਾ। ਮਾਈ ਡੀਅਰ ਪਾਪਾ ਸ਼੍ਰੀ, ਪੂਰੇ 5 ਸਾਲ ਹੋ ਗਏ ਨੇ ਨੌਕਰ ਚੱਕਰ ਦੇ ਹੱਥਾਂ ਖਾਣਾ ਖਾਂਦੇ ਹੋਏ। ਯੂ ਜਸਟ ਇੰਜੋਏ ਯੋਰ ਫੂਡ। ਮਾਧਵੀ ਪੁੱਤਰ ਜੇ ਤੂੰ ਖੀਰ ਵਿੱਚ ਲੂਣ ਪਾਏਗੀ ਤਾਂ ਬੰਦਾ ਕਿੱਥੋਂ ਇੰਜੋਏ ਕਰੂਗਾ? ਐਕਸਕਿਊਜ਼ ਮੀ, ਲੂਣ ਪਾਇਆ ਪਰ ਜ਼ਿਆਦਾ ਤਾਂ ਨਹੀਂ ਪਾਇਆ। ਇਹਦੇ ਕੋਲ ਹਰ ਗੱਲ ਦਾ ਜਵਾਬ ਹੈ, ਇਹ ਵੀ ਲੀਡਰ ਬਣੂਗੀ ਤੇਰੇ ਵਾਂਗ। ਦਾਦੀ ਮਾਂ ਇਹ ਉਹੀ ਹੈ ਜਿਹਨੇ ਮੈਨੂੰ ਅੱਜ ਬਚਾਇਆ ਸੀ। ਇਹ ਤਾਂ ਯੁੱਧਵੀਰ ਸਿੰਘ ਹੈ। ਵਾਓ, ਵੈਸੇ ਪਾਪਾ ਅੱਜ ਕੱਲ੍ਹ ਪੋਲਿਟਿਕਸ ਵਿੱਚ ਕਾਫੀ ਯੰਗ ਪੋਲੀਟੀਸ਼ੀਅਨਸ ਆ ਗਏ ਨੇ। ਪੁੱਤਰ ਜੀ ਤੁਸੀਂ ਜੰਮੇ ਲੇਟ, ਜਦੋਂ ਮੈਂ ਪੋਲੀਟਿਕਸ ਜੁਆਇਨ ਕੀਤੀ ਸੀ ਨਾ ਮੈਂ ਵੀ 22 ਸਾਲ ਦਾ ਸੀ। ਆਈ ਮੀਨ ਟੂ ਸੇ ਕਾਫੀ ਇੰਟੈਲੀਜੈਂਟ, ਪੜ੍ਹੇ ਲਿਖੇ ਲੀਡਰਸ। ਬੇਬੇ ਜੀ ਇਹਨੂੰ ਮੇਰੇ ਨਾ MA ਦਾ ਸਰਟੀਫਿਕੇਟ ਦਿਖਾਓ ਜਰਾ। ਉਹ ਪੁੱਤਰ ਇਹ ਗੱਲ ਨਹੀਂ ਹੈ, ਇਹਦੇ ਕਹਿਣ ਦਾ ਮਤਲਬ ਹੈ ਕਿ ਅੱਜ ਕੱਲ ਕਾਫੀ ਸੋਹਣੇ ਸੁਨੱਖੇ ਮੁੰਡੇ ਵੀ ਨਾ ਸਿਆਸਤ ਵਿੱਚ ਆ ਗਏ ਨੇ। ਵੈਸੇ ਇੱਕ ਗੱਲ ਤਾਂ ਮੰਨਣੀ ਪਏਗੀ ਕਿ ਮੇਰੇ ਪਾਪਾ ਜੈਸਾ ਕੋਈ ਇੰਟੈਲੀਜੈਂਟ ਸਮਾਰਟ ਕੋਈ ਹੈ ਹੀ ਨਹੀਂ। ਆਖਰ ਮੇਰਾ ਪੁੱਤਰ ਹੈ। ਯੁੱਧਵੀਰ ਹੈ ਤੂੰ ਪਤੰਦਰਾ, ਵੈਸੇ ਪਾਰਟੀ ਦੀ ਗਿੱਦੜ ਸਿੰਘੀ ਹੈ, ਜਿੱਥੇ ਪਾਰਟੀ ਦਾ ਕੋਈ ਮਾਮਲਾ ਅੜ ਜਾਂਦਾ ਨਾ ਤੇਰੀ ਡਿਊਟੀ ਉੱਥੇ ਲੱਗਦੀ ਹੈ। ਯੁੱਧਵੀਰ ਅੱਜ ਤਾਂ ਤੂੰ ਵੀ ਲਾ ਹੀ ਲੈ ਘੁੱਟ। ਤੁਹਾਡੀ ਘੁੱਟ ਤੁਹਾਨੂੰ ਮੁਬਾਰਕ, ਮੇਰਾ ਦਿਮਾਗ ਤਾਂ ਤਾਜ਼ਾ ਚਾਹ ਦੇ ਇੱਕ ਕੱਪ ਨਾਲ ਤੇਜ਼ ਚੱਲਦਾ। ਵੈਸੇ ਇੱਕ ਗੱਲ ਪੱਕੀ ਹੈ ਯੁੱਧਵੀਰ, ਤੈਨੂੰ ਨਾ ਪਾਰਟੀ ਨੇ ਹੁਣ ਕੋਈ ਪ੍ਰਧਾਨ ਪ੍ਰਧੂਨ ਜਿਹਾ ਬਣਾ ਦੇਣਾ। ਵੱਟ ਤੇ ਪਈ ਆ ਪ੍ਰਧਾਨਗੀ। ਵੱਟ ਤੇ ਪਰ ਵੱਟ ਤੇ ਪਈ ਪ੍ਰਧਾਨਗੀ ਚੁੱਕਣੀ ਨੀ ਮੈਂ। ਯੁੱਧਵੀਰ TC ਦੇ ਬੇਰ ਤੇ ਅੱਖ ਰੱਖਦਾ, ਆਪਣੇ ਆਪ ਹੀ ਝੋਲੀ ਚ ਡਿੱਗਣ ਵਾਲਿਆਂ ਤੇ ਨੀ। ਇਹਦਾ ਮਤਲਬ CM ਆਫ ਦਾ ਸਟੇਟ। ਚੀਅਰਸ। ਪਰ ਯੁੱਧਵੀਰ ਤੈਨੂੰ ਨੀ ਲੱਗਦਾ ਕਿ ਸੱਤਾ ਚ ਆਉਣ ਆਉਣਾ ਜ਼ਰੂਰੀ ਹੈ ਆਪਾਂ ਲੋਕਾਂ ਦੀ ਸੇਵਾ ਕਰੀਏ? ਪੁਆਇੰਟ ਆ ਭਾਜੀ। ਪੁੱਤਰ ਮੇਰੇ ਲਈ ਰਾਜਨੀਤੀ ਰਾਜਨੀਤੀ ਨਹੀਂ, ਲੋਕ ਸੇਵਾ ਹੈ। ਲੋਕਾਂ ਦਾ ਕੀ ਹੈ, ਲੋਕਾਂ ਦੀ ਤਾਂ ਆਦਤ ਬਣ ਗਈ ਵੋਟਾਂ ਪਾ ਕੇ ਸਰਕਾਰੀ ਡੰਡੇ ਖਾਣ ਦੀ। ਹੁਣ ਤੁਸੀਂ ਤਾਂ ਨੀ ਡੰਡੇ ਖਾਣੇ, ਚੁੱਕੋ ਪੈ ਗਏ। ਪਿਆਰ ਮੈਨੂੰ ਲੱਗਦਾ ਖੁਦਾ
रंधावे की पार्टी नहीं ज्वाइन कर लेगा चुप भी कर जा करो टुटे 60 रुपए दे दो जी ना जी चलोगी भाई भाई जी मेरे को टुटे हैं कितने पैसे 60 रुपए जी मैं 60 रुपया पीछे इना रौला आ लो मेहरबानी जी मेरे को भी टुटे है नीचे मेनू लगता मेरे को होने टुटे पै अपना एटीएम जेब च रख दसो किडी सोहनी थां दे दो विरोधी पार्टियां दा आपस मेल मिलाप हो रहा है तू अपना बैंक खोली जाना भाई एहो जे मौके ते मुकर चाहिदा हुंदा भी मेरा तां बटुआ ही घर रह गया क्यों सिद्धू साहब नहीं मेरा मतलब के देखो मैडम लगता ईमानदार रहे ऐदा ही किसी दिन टाइम कड के इन्होंने पैसे मोड़न भी आ जाना है चंगा जी सत श्री अकाल जी बंद भी कर देता बोली जा बोली इश्क दियां रीतां नूं निभाउणा वित पैंदा ऐ सजणा नूं नच के मनाउणा वित पैंदा ऐ इश्क दियां रीतां नूं निभाउणा वित पैंदा ऐ सजणा नूं नच के मनाउणा वित पैंदा ऐ चन्न नाल तारियां दी लौ वित हुंदी ऐ जिथे होवे फुल खुशबू वित हुंदी है इश्क दे किताब दे भी वखरे उसूल ने आशिकानू सजना दे दुखड़ कबूल ने आप तो जोगिंग करदा नहीं मैनू तो करन दे ओ चल उठ डंगरा दौड़ ओ यार क्यों मैं क्यों दौड़ा मैं कोई चोरी की थी यार हैं आवाम नू आराम नाल सौण दियो इंद्र देवता ओ सोना तातू करे सोया कर इत्थे दौड़ी दा दफा कर सवेरे सवेरे पहला उठो फिर दौड़ो फिर पतले होवो फिर बाजार जाके नवे कपड़े लेके आओ नवी फिटिंग दे तू भी ना दौड़े ओ यार तू मेनू जान दे ओ वीर कला उठे उठ कौन कहता कला आओ वेख ओने लाइया हुई रौनक मतलब इना करजा तेन चढ़िया सूरज नहीं चढ़न दिता पहले मोड़ना गए मतलब लै लो यार मैं कदों ना देख रहा कुड़ी हस हस के मिन्ता करी जा रही है तुसी हस हस के मना करी जाने चाली मोड़ दे मैं सवेरे सवेरे रनिंग करना आया बटुआ नाल नहीं चुकी फिरदा बिम्पी तेरे कोल है देखो मैं रनिंग करा ना करा आउंदा ते मैं भी उसे इरादे नाल ही ना मैडम दी गल होर है कैश नाल लेके तुरदी है जी मेरा कहना मतलब के तुसी इन्हां नूं उदों 60 रुपए मतलब इन्हां कोलों बोरो कीते सी हुण तुसी वापस करने सी 100 देता इहदे कोल 40 टुटे नहीं सी अगे तुसी 100 मोड़ता उन्हां ने 40 तुहानूं करने वापस किसे दिन 40 वापस लैण आ जाओ या फिर किसे दिन चल गए सिद्धू तुर जांदे चल ओ यार लोकी तां एवें ही मरी जांदे ने कि भाई लीडर कोई कम नहीं करदे
ਪਤਾ ਤਾਂ ਉਦੋਂ ਲੱਗਦਾ ਜਦੋਂ ਇੰਨੀਆਂ ਮੀਟਿੰਗਾਂ ਕਰਨੀਆਂ ਪੈਂਦੀਆਂ ਨੇ। ਇੰਨੀ ਡਿਮਾਂਡ ਨਾ ਵਿਆਹਾਂ ਦੇ ਸੀਜ਼ਨ ਚ ਗਿੱਪੀ ਦਿਲਜੀਤ ਦੀ ਨਹੀਂ ਹੁੰਦੀ, ਜਿੰਨੀ ਇਲੈਕਸ਼ਨਾਂ ਚ ਸਾਡੇ ਯਾਰ ਦੀ ਹੁੰਦੀ ਹੈ। ਪਾਰਟੀ ਦੀ ਐਮਰਜੈਂਸੀ ਮੀਟਿੰਗ ਜਾਣੀ ਪਾਰਟੀ ਮੁਸ਼ਕਿਲ ਘੜੀ ਚ ਇਹਨਾਂ ਮੌਕਿਆਂ ਤੇ ਤੁਸੀਂ ਸਿੱਧ ਕਰ ਸਕਦੇ ਹੋ ਕਿ ਤੁਸੀਂ ਦੂਸਰਿਆਂ ਨਾਲੋਂ ਕਿਵੇਂ ਬਿਹਤਰ ਹੋ। ਇਸ ਲਈ ਮੈਨੂੰ ਇਹ ਘੜੀਆਂ ਬਹੁਤ ਪਸੰਦ ਨੇ। तेरी ही उड़ीक हो रही जी। इस एमरजेंसी मीटिंग का एजेंडा है गिल ग्रुप ऑफ कंपनीज का मालिक जगदीप सिंह गिल एजुकेशन स्कैम होने करके सेंटर ने 1,000 करोड़ की लागत वाली टेक्निकल यूनिवर्सिटी की कंस्ट्रक्शन से रोक ला देती है। वो यूनिवर्सिटी जिसका कॉन्ट्रैक्ट गिल नु मिलिया सी ते हुण उह साडे तो खफा होके पार्टी फंड देण तो पिछे हट गया। इतना किदां मुकर जाऊगा, ਕਲੀ ਜਾ ਕੇ ਖਿੱਚ ਦਸ ਸਾਲੇ ਨੂੰ। ਦਮਨ, ਇੱਥੇ ਸੂਬੇ ਦੀ ਸਿਆਸਤ ਦੀ ਗੱਲ ਹੋ ਰਹੀ ਹੈ, ਕੋਈ ਸ਼ਰਾਬ ਦੇ ਠੇਕਿਆਂ ਦੀ ਬੋਲੀ ਦੀ ਨਹੀਂ। ਜੇ ਅਸੀਂ ਤੇਰੇ ਤੌਰ ਤਰੀਕੇ ਨਾਲ ਚੱਲਣ ਲੱਗਦੇ ਤਾਂ ਅਸੀਂ ਸੱਤਾ ਚ ਨਾ ਹੁੰਦੇ। ਸਰ, ਜੇ ਹੁਕਮ ਹੋਵੇ ਤਾਂ ਮੈਂ ਗਿਲ ਨਾਲ ਗੱਲ ਕਰ ਦਿੰਦਾ। ਹਾਂ ਯੁਧਵੀਰ, ਤੂੰ ਗੱਲ ਕਰਕੇ ਵੇਖ। ਮੈਨੂੰ ਸਿਰਫ ਗੱਲਾਂ ਨਾਲ ਚੌਲ ਰਿੱਧਣ ਦੀ ਆਦਤ ਨਹੀਂ। ਮੈਂ ਗਿਲ ਨੂੰ ਮਨਾ ਕੇ ਕੱਲ ਹੀ ਤੁਹਾਡੇ ਨਾਲ ਉਹਦੀ ਗੱਲ ਕਰਵਾਉਣਾ। ਯੁਧਵੀਰ ਜੀ, ਬੈਠ। ਜਦੋਂ ਮੈਂ ਤੇਰੀ ਉਮਰ ਦਾ ਸੀ ਨਾ, ਹਾਂਜੀ, ਤਾਂ ਬਿਲਕੁਲ ਤੇਰੇ ਵਰਗਾ ਸੀ। ਮਿਹਰਬਾਨੀ ਸਰ। ਨਮਨ, ਨਹੀਂ ਸਰ, ਤੁਸੀਂ ਮੇਰੇ ਵਰਗੇ ਨਹੀਂ ਸੀ। ਤੁਸੀਂ ਅੱਜ ਵੀ ਸ਼ਰੀਫ ਹੋ ਤੇ ਉਦੋਂ ਵੀ ਸ਼ਰੀਫ ਸੀ, ਪਰ ਮੈਂ ਸਾਡੀ ਪਾਰਟੀ ਨੂੰ ਇਲੈਕਸ਼ਨ ਫੰਡ ਮਨਾ ਕਰਕੇ ਨਾ ਸਾਡੀ ਪਾਰਟੀ ਦੀ ਹਵਾ ਕੱਢ ਦਿੱਤੀ ਹੈ ਤੇ ਆਪ ਭੂਮੀ ਦਾ ਹਵਾ ਜੁਗਾਰੀਆਂ ਲਾਈ ਜਾਂਦਾ। ਬੜਾ ਜਿੰਨੀ ਮਰਜ਼ੀ ਉੱਚੀ ਹੋਵੇ ਡਿੰਪੇ, ਬੰਦੇ ਨੂੰ ਧਰਤੀ ਤੇ ਤਾਂ ਮੁੜ ਆਉਣਾ ਹੀ ਪੈਂਦਾ। ਤੁਸੀਂ ਇੱਥੇ ਰੁਕੋ, ਮੈਂ ਆਇਆ। ਵੈਸੇ ਵੀ ਮੇਰੇ ਆਉਣ ਤੇ ਤੁਹਾਨੂੰ ਕੋਈ ਖਾਸ ਖੁਸ਼ੀ ਹੋਈ ਨੀ ਲੱਗਦੀ। ਆਉਣਾ ਤੇ ਭੇਜਣ ਦੇ ਵਿੱਚ ਥੋੜਾ ਜਿਹਾ ਫਰਕ ਹੈ, ਔਰ ਥੋੜਾ ਜਿਹਾ ਫਰਕ ਤੇਰੇ ਔਰ ਮੇਰੇ, ਮੇਰੇ ਔਰ ਲੋਕ ਸੇਵਾ ਪਾਰਟੀ ਦੇ ਰਿਸ਼ਤੇ ਚ ਹੈ। ਥੋੜਾ ਜਿਹਾ ਬੜੀ ਜ਼ਾਲਮ ਚੀਜ਼ ਹੁੰਦਾ ਗਿਲ ਸਾਹਿਬ, ਜਿੱਤ ਨੂੰ ਹਾਰ ਚ ਬਦਲ ਦੇਣ ਲਈ ਇਹ ਥੋੜਾ ਜਿਹਾ ਹੀ ਬਸ ਬਹੁਤ ਵੱਡਾ ਫੈਕਟਰ ਪਲੇ ਕਰ ਜਾਂਦਾ। ਹਮੇਸ਼ਾ ਜਿੱਤ ਦੀਆਂ ਗੱਲਾਂ ਕਰਨ ਵਾਲੇ ਯੁਧਵੀਰ ਸਿੰਘ ਸਿੱਧੂ ਦੇ ਦਿਮਾਗ ਚ ਕਿਤੇ ਇਲੈਕਸ਼ਨ ਦੀ ਹਾਰ ਦਾ ਡਰ ਤਾਂ ਨਹੀਂ ਬੈਠ ਗਿਆ? ਤੁਸੀਂ ਮੇਰੀ ਗੱਲ ਨੀ ਸਮਝ ਲੱਗਦੇ ਗਿੱਲ ਸਾਹਿਬ, ਸਿਰਫ ਅੰਦਾਜ਼ੇ ਲਗਾ ਰਹੇ। ਸਲਾਮਾਂ ਹਮੇਸ਼ਾ ਚੜ੍ਹਦੇ ਸੂਰਜ ਨੂੰ ਹੁੰਦੀਆਂ ਨੇ। ਜਿੱਦਣ ਨੂੰ ਸਾਰੇ ਚੱਲਦੇ ਨੇ ਉਧਰ ਨੂੰ ਚੱਲਣਾ ਇਹ ਭੇਡਾਂ ਦਾ ਸੁਭਾਅ ਹੁੰਦਾ। ਤੁਸੀਂ ਇਹ ਭੇਡ ਚਾਲ ਵਿੱਚ ਕਦੋਂ ਦੇ ਵਿਸ਼ਵਾਸ ਕਰਨ ਲੱਗ ਪਏ ਹੋ ਗਿੱਲ ਸਾਹਿਬ? ਪਰ ਮੈਂ 200 ਕਰੋੜ ਦਾ ਤਮਾਸ਼ਾ ਵੀ ਨਹੀਂ ਦੇਖ ਸਕਦਾ, ਕਿਉਂਕਿ ਹਾਰੇ ਹੋਏ ਘੋੜੇ ਤੇ ਦੌ ਲਾਉਣਾ ਗਿੱਲ ਦੀ ਫਿਤਰਤ ਨਹੀਂ ਹੈ। ਪੈਸੇ ਘੋੜ ਸਵਾਰ ਤੇ ਲਾਏ ਜਾਂਦੇ ਆ, ਘੋੜੇ ਤੇ ਨਹੀਂ। ਤੇ ਘੋੜ ਸਵਾਰ ਬਦਲਣ ਚ ਦੇਰ ਨਹੀਂ ਲੱਗਦੀ। ਸਾਡਾ ਰਾਜਨੀਤੀ ਦਾ ਖਿਡਾਰੀ ਅੱਜ ਸ਼ਤਰੰਜ ਖੇਡੀ ਜਾਂਦਾ, ਪਤਾ ਨੀ ਕਿਹੜੀ ਬਾਜ਼ੀ ਲਾਉਣੀ ਇਹਨੇ। ਚੱਲ ਸੋਚ ਰਿਹਾ ਕਿ ਪਿਆਦਾ ਕੋਈ ਨਾ ਮਰੇ ਤੇ ਰਾਜਾ ਮਰ ਜੇ, ਕਿੱਦਾਂ ਹੋ ਸਕਦਾ? ਡਿੰਪੀ,
ਸੀਐਮ ਸਾਹਿਬ ਨੂੰ ਕਹਿ ਦੇ ਗਿੱਲ ਨੂੰ ਲਾਈਨ ਤੇ ਲੈ ਆਂਦਾ। ਹੈਲੋ, ਸਤਿ ਸ੍ਰੀ ਅਕਾਲ ਸਰ। ਸਾਰੇ ਕਦੇ ਹੋ ਸਕਦਾ ਤੁਸੀਂ ਮੇਰੀ ਕੋਈ ਡਿਊਟੀ ਲਾਓ ਤੇ ਮੈਂ ਪੂਰੀ ਨਾ ਕਰਾਂ ਜੀ। ਬਹੁਤ ਮਿਹਰਬਾਨੀ ਸਰ, ਬਹੁਤ ਮਿਹਰਬਾਨੀ ਜੀ, ਥੈਂਕ ਯੂ। ਉਹ ਭਾਈ ਯੁਧਵੀਰ, ਤੈਨੂੰ ਨੀ ਲੱਗਦਾ ਇਹ ਕਿੰਗ ਤੈਨੂੰ ਅੱਗੇ ਵਧਣ ਤੋਂ ਰੋਕ ਰਿਹਾ? ਫਿਰ ਲੱਭ ਕੋਈ ਹੱਲ। ਲੱਭ ਲਿਆ। ਓਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਗੁਰਪਿਆਰ ਸਿੰਘ ਜੀ ਦੀ ਅੱਜ ਸੜਕ ਹਾਦਸੇ ਵਿਚ ਹੋਈ ਮੌਤ ਪੂਰੇ ਸੂਬੇ ਦੇ ਲਈ ਇੱਕ ਬਹੁਤ ਵੱਡਾ ਸਦਮਾ ਬਣ ਗਈ ਹੈ। ਇਹ ਹਾਦਸਾ ਲੁਧਿਆਣਾ ਫਿਰੋਜ਼ਪੁਰ ਹਾਈਵੇ ਦੇ ਉੱਤੇ ਜਗਰਾਓ ਦੇ ਨੇੜੇ ਇੱਕ ਟਰੱਕ ਨਾਲ ਟੱਕਰ ਹੋਣ ਕਾਰਨ ਹੋਇਆ। ਟਰੱਕ ਡਰਾਈਵਰ ਫਰਾਰ ਹੈ। ਆਪਣੀ ਬੇਦਾਗ ਸ਼ਖਸੀਅਤ ਅਤੇ ਲੋਕ ਪੱਖੀ ਸਿਆਸਤ ਦੇ ਦਮ ਤੇ ਸਰਦਾਰ ਗੁਰਪਿਆਰ ਸਿੰਘ ਜੀ ਨੇ ਤਕਰੀਬਨ ਇੱਕ ਦਹਾਕਾ ਪੰਜਾਬ ਦੀ ਸਿਆਸਤ ਤੇ ਰਾਜ ਕੀਤਾ। ਦੇਖਣਾ ਹੁਣ ਇਹ ਹੋਵੇਗਾ ਕਿ ਲੋਕ ਸੇਵਾ ਪਾਰਟੀ ਦੀ ਖਾਲੀ ਹੋਈ ਇਸ ਸਭ ਤੋਂ ਅਹਿਮ ਜਗ੍ਹਾ ਨੂੰ ਕੌਣ ਭਰੇਗਾ? ਉਹਨਾਂ ਦੇ ਭਤੀਜੇ ਨੌਜਵਾਨ ਆਗੂ ਦਮਨਜੀਤ ਸਿੰਘ ਜਾਂ ਫਿਰ ਗੁਰਪਿਆਰ ਸਿੰਘ ਜੀ ਦੇ ਸਭ ਤੋਂ ਚਹੀਤੇ ਸਰਦਾਰ ਯੁੱਧਵੀਰ ਸਿੰਘ? ਇਹਨਾਂ ਚੋਣਾਂ ਵਿਚ ਪਾਰਟੀ ਦੀ ਅਗਵਾਈ ਦਮਨਜੀਤ ਸਿੰਘ ਕਰੇਗਾ ਤੇ ਅਗਰ ਸਾਡੀ ਪਾਰਟੀ ਜਿੱਤਦੀ ਹੈ ਤਾਂ ਸੀਐਮ ਦਾ ਕੈਂਡੀਡੇਟ ਵੀ ਦਮਨਜੀਤ ਸਿੰਘ ਹੀ ਹੋਵੇਗਾ। ਤੂੰ ਕਿਉਂ ਹੱਸ ਰਿਹਾ ਯੁੱਧਵੀਰ? ਹੱਸਣ ਦੀ ਗੱਲ ਕਰੋਗੇ ਪ੍ਰਧਾਨ ਸਾਹਿਬ ਤਾਂ ਹਾਸਾ ਹੀ ਆਏਗਾ। ਇਹ ਕਿਸੇ ਜੱਦੀ ਪੁਸ਼ਤੀ ਦੁਕਾਨ ਦਾ ਫੈਸਲਾ ਹੋ ਰਿਹਾ ਕਿ ਪਿਓ ਮਰ ਗਿਆ ਤਾਂ ਹੁਣ ਦੁਕਾਨ ਪੁੱਤ ਦੀ ਹੋ ਗਈ। ਕਿਉਂ ਬਈ? ਗੱਲ ਜੰਮੀ ਭੂਤਨੀ ਤੇ ਸੇਵਿਆਂ ਚ ਅੱਗ। 7 ਸਾਲ ਹੋਏ ਨੇ ਤੈਨੂੰ ਪਾਰਟੀ ਜੁਆਇਨ ਕੀਤਿਆਂ, ਮੈਨੂੰ ਤਾਂ ਸਾਰੀ ਸਿਆਸਤ ਪੰਘੂੜੇ ਚ ਮਿਲੀ ਹੈ। ਉਹ ਬਈ, ਤੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਡੱਡੀਆਂ ਪਾਣੀ ਕਿਹੜੇ ਵੇਲੇ ਪਿੰਦੀਆਂ ਨੇ। ਓਏ, ਜ਼ੁਬਾਨ ਸੰਭਾਲ ਕੇ ਗੱਲ ਕਰ। ਓਏ, ਤੂੰ ਪੰਘੂੜੇ ਚ ਬਹਿ ਜਾ। ਓਏ ਓ ਭਾਈ, ਸਿਆਣੇ ਬਣੋ। ਸੀਐਮ ਦਾ ਫੈਸਲਾ ਬਾਅਦ ਚ ਹੋਜੂ, ਪਹਿਲਾਂ ਇਹ ਤਾਂ ਦੇਖ ਲੋ ਕਿ ਸਾਡੀ ਪਾਰਟੀ ਕੋਲ ਇੰਨੀਆਂ ਸੀਟਾਂ ਹੈਗੀਆਂ ਕਿ ਅਸੀਂ ਜਿੱਤ ਸਕੀਏ। ਜ਼ਰੂਰ ਜਿੱਤਾਂਗੇ। ਇਹ ਤੂੰ ਕਿਵੇਂ ਕਹਿ ਸਕਦਾ ਯੁੱਧਵੀਰ? 7 ਸਾਲਾਂ ਦੇ ਵਿੱਚ ਯੁੱਧਵੀਰ ਨੇ ਕੋਈ ਜ਼ੁਬਾਨ ਕੀਤੀ ਹੋਵੇ ਤੇ ਪੂਰੀ ਨਾ ਕਰਕੇ ਵਿਖਾਈ ਹੋਵੇ। ਬੋਲੋ ਜੀ ਪ੍ਰਧਾਨ ਸਾਹਿਬ, ਹੈ ਕੋਈ ਹੋਰ ਜਿਹਨੂੰ ਆਪਣੇ ਆਪ ਤੇ ਇੰਨਾ ਯਕੀਨ ਹੋਵੇ? ਠੀਕ ਹੈ ਪ੍ਰਧਾਨ ਸਾਹਿਬ, ਆਪਾਂ ਫਿਰ ਇੱਕ ਸੌਦਾ ਕਰਦੇ ਹਾਂ। ਇਹਨਾਂ ਇਲੈਕਸ਼ਨਾਂ ਦੇ ਵਿੱਚ ਆਪਾਂ ਅਗਵਾਈ ਦਿੰਦੇ ਹਾਂ ਯੁੱਧਵੀਰ ਸਿੰਘ ਨੂੰ। ਜੇ ਇਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਸ਼ਾਨੋ ਸ਼ੌਕਤ ਦੇ ਨਾਲ ਜਿੱਤਦੀ ਹੈ ਤੇ ਫਿਰ ਪਾਰਟੀ ਦੇ ਸੀਐਮ ਵੀ ਯੁੱਧਵੀਰ ਸਿੰਘ ਹੋਣਗੇ। ਜੇਕਰ ਯੁੱਧਵੀਰ ਦੇ ਕਾਰਨ ਪਾਰਟੀ ਹਾਰ ਗਈ ਤਾਂ ਕਿੰਨਾ ਸੌਖਾ ਸੀ ਕਹਿਣਾ ਕਿ ਯੁੱਧਵੀਰ ਸੀਐਮ ਬਣੂਗਾ। ਕੀ ਪਾਰਟੀ ਤੋਂ ਓਪੀਨੀਅਨ ਲਿੱਤੀ ਹੈ? ਨਮਨ ਬੰਦ ਕਰ। ਸੌ ਬੱਦਲਾਂ ਦੀ ਖਬਰ ਲੈਣੀ ਹੋਵੇ ਤਾਂ ਉੱਡਦੇ ਪਰਿੰਦਿਆਂ ਨਾਲ ਗੱਲ ਕਰ ਲੈਣੀ ਚਾਹੀਦੀ ਹੈ। ਪਾਰਟੀ ਹੁਣੇ ਫੈਸਲਾ ਕਰ ਲਵੇ ਕਿ ਕਿਸ ਨੂੰ ਸੀਐਮ ਕੈਂਡੀਡੇਟ ਚਾਹੁੰਦੀ ਹੈ, ਹੁਣੇ ਪਤਾ ਲੱਗ ਜਾਏਗਾ। ਇੱਥੇ ਸਾਰੇ ਐਗਜ਼ੀਕਿਊਟਿਵ ਪਾਰਟੀ ਮੈਂਬਰ ਬੈਠੇ ਨੇ ਤੇ ਜਿਹੜੇ ਵੀ ਚਾਹੁੰਦੇ ਆ ਕਿ ਸੀਐਮ ਕੈਂਡੀਡੇਟ ਯੁੱਧਵੀਰ ਸਿੰਘ ਬਣੇ, ਆਪਣੇ ਆਪਣੇ ਹੱਥ ਖੜੇ ਕਰ ਦਿਓ। ਸਿਰਫ 5-7 ਮੈਂਬਰਾਂ ਤੋਂ ਇਲਾਵਾ ਸਾਰੇ ਪਾਰਟੀ ਮੈਂਬਰ ਚਾਹੁੰਦੇ ਆ ਕਿ ਸੀਐਮ ਕੈਂਡੀਡੇਟ ਯੁੱਧਵੀਰ ਹੋਵੇ, ਤਾਂ ਮੈਂ ਸਰਬਸੰਮਤੀ ਨਾਲ ਮਤਾ ਪਾਸ ਕਰਦਾ।
ਅਸੀਂ ਤੁਹਾਡੇ ਵੱਡੇ ਵੱਡੇ ਕੰਮ ਕਰਾਉਂਦੇ ਹਾਂ ਰੋਟੀ ਰੋਟੀ ਹੈ ਬਾਈ ਜੀ ਤੇ ਤੂੰ ਇੱਥੇ ਹੁੰਦੇ ਇਸ ਕੰਮ ਤੇ ਦੂਜਿਆਂ ਦਾ ਪੋਸਟਰ ਲਗਾਉਂਦਾ ਫਿਰਦਾ ਕੰਮ ਨਹੀਂ ਕਰਾਂਗੇ ਤੂੰ ਰੋਟੀ ਕਿੱਥੋਂ ਖਾਵੋਗੇ ਤੇਰੀ ਜ਼ੁਬਾਨ ਲੜਾਉਣਾ ਹਟ ਤੇਰੀ ਹਟ ਹੈਲੋ ਕੀ ਕਰਿਆ ਤੂੰ ਸਟੇ ਦੇਅਰ ਹੁਣ ਤੂੰ ਮੈਨੂੰ ਦੱਸੇਂਗਾ ਕਿ ਮੈਨੂੰ ਕੀ ਕਰਨਾ ਚਾਹੀਦਾ ਤੈਨੂੰ ਨਹੀਂ ਪਤਾ ਹੱਥ ਚੁੱਕਣ ਤੋਂ ਪਹਿਲਾਂ ਸੋਚ ਲੈ ਦਮਨ ਜਿਸ ਸੱਤਾ ਦੀ ਤਾਕਤ ਦਾ ਤੂੰ ਗੁਮਾਨ ਕਰਦਾ ਉਹ ਤਾਕਤ ਨੇ ਹੱਥ ਨਹੀਂ ਦਿੱਤੀ ਹੈ ਤੇ ਜੇ ਵੋਟਾਂ ਵਾਲੇ ਦਿਨ ਇਨ੍ਹਾਂ ਹੱਥਾਂ ਨੇ ਆਪਣੀ ਤਾਕਤ ਦਿਖਾਤੀ ਤਾਂ ਹੱਥ ਜੋੜਿਆ ਵੀ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਵੈਸੇ ਇੱਕ ਲਤੀਫਾ ਹੈ ਕਹਿੰਦੇ ਡੰਗਰ ਨੂੰ ਜੇ ਸੁੱਕਾ ਘਾਹ ਖਵਾਉਣਾ ਹੋਵੇ ਨਾ ਉਹਨੂੰ ਹਰੇ ਰੰਗ ਦੀਆਂ ਐਨਕਾਂ ਲਾ ਦਿਓ ਉਹਨੂੰ ਸਾਰਾ ਹਰਾ ਹੀ ਦਿਸਣ ਲੱਗ ਪੈਂਦਾ ਐਨਕਾਂ ਦਾ ਰੰਗ ਚੇਂਜ ਕਰ ਲਾ ਹੈ ਸ਼ਤਰੰਜੀ ਹਰਸ਼ਾ ਦੇ ਨੇਸ਼ਾ ਜਿੰਨੇ ਵੀ ਡਡਮੇ ਦੇ ਰਸਤੇ ਸਿੱਧੀ ਕਰ ਦੇਣ ਰਾ ਛੋਟੇ ਵੱਡਿਆਂ ਦੀ ਉਮੀਦਾਂ ਰੱਬ ਦਾ ਸਿਰ ਤੇ ਹੱਥ ਤਾਜ ਤਖਤ ਹਿਲਾ ਕੇ ਰੱਖਦੇ ਇੱਕੋ ਬਾਦਸ਼ਾਹ ਅੱਜੋ ਵੀ ਕਹਿੰਦੇ ਡਿੱਟਾ ਕਰਦੇ ਮਿਲਦੇ ਨੇ ਹਾਲਾਤ ਸਾਡੇ ਸੀਐਮ ਸਾਹਿਬ ਦੋਸਤੋ ਗੱਲ ਨਵੇਂ ਜਾਂ ਪੁਰਾਣੇ ਦੀ ਨਹੀਂ ਗੱਲ ਹੈ ਹੱਕ ਦੀ ਸੱਚ ਦੀ ਇਨਸਾਫ ਦੀ ਉਹ ਸਿਰਫ ਗੱਲਾਂ ਕਰਨ ਨਾਲ ਰਾਜਨੀਤੀ ਨਹੀਂ ਚੱਲਦੀ ਰਾਜਨੀਤੀ ਚੱਲਦੀ ਹੈ ਸੋਚ ਦੇ ਨਾਲ ਤੇ ਸੋਚ ਹਮੇਸ਼ਾ ਉਮਰ ਤੇ ਤਜੁਰਬੇ ਨਾਲ ਹੀ ਆਉਂਦੀ ਹੈ ਰਾਜਨੀਤੀ ਕਰਨ ਲਈ ਤਜੁਰਬੇ ਦੀ ਜ਼ਰੂਰਤ ਹੋ ਸਕਦੀ ਹੈ ਪਰ ਸੇਵਾ ਕਰਨ ਲਈ ਕਿਸੇ ਤਜੁਰਬੇ ਦੀ ਜ਼ਰੂਰਤ ਨਹੀਂ ਅਸੀਂ ਜ਼ਿੰਦਗੀ ਚ ਕਾਮਯਾਬ ਹੋਣ ਲਈ ਕੀ ਚਾਹੁੰਦੇ ਹਾਂ ਗਿਆਨ ਹੁਨਰ ਧਨ ਦੌਲਤ ਖੁਸ਼ਹਾਲੀ ਔਰਤ ਦਾ ਸਨਮਾਨ ਕੀਤੇ ਤੋਂ ਬਗੈਰ ਅਸੀਂ ਇਹਨਾਂ ਤਿੰਨੋਂ ਚੀਜ਼ਾਂ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਤੇ ਪੰਜਾਬ ਵਿੱਚ ਰਹਿੰਦੇ ਹੋਏ ਇਸ ਤੋਂ ਵੱਡੀ ਤਾਂ ਕੋਈ ਗੱਲ ਹੀ ਨਹੀਂ ਹੋ ਸਕਦੀ ਕਿਉਂਕਿ ਸਾਡੀ ਗੁਰਬਾਣੀ ਵਿੱਚ ਵੀ ਲਿਖਿਆ ਸੋ ਕੋ ਮੰਦਾ ਆਖੀਐ ਜਿੱਤ ਜੰਮੇ ਰਾਜਾਂ ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੀ ਮਾਂ ਭੈਣ ਬਹੂ ਬੇਟੀ ਦਾ ਸਨਮਾਨ ਕਰਨਾ ਸ਼ੁਰੂ ਕਰਾਂਗੇ ਤਾਂ ਸਮਾਜ ਦੇ ਵਿੱਚ ਇਹ ਆਪਣੇ ਆਪ ਇੱਕ ਲਹਿਰ ਬਣ ਜਾਏਗੀ ਕਿਸੇ ਸਿਆਣੇ ਨੇ ਬਿਲਕੁਲ ਸਹੀ ਕਿਹਾ ਕਿ ਮਰਦ ਔਰਤ ਤੋਂ ਬਗੈਰ ਉਸ ਦਰਖਤ ਵਰਗਾ ਜਿਹਦੀਆਂ ਨਾ ਟਾਹਣੀਆਂ ਤੇ ਨਾ ਪੱਤੇ ਸਤਿ ਸ੍ਰੀ ਅਕਾਲ ਇਹਨੂੰ ਕੀ ਹੋਏ ਅਸੀਂ ਬੰਦਿਆਂ ਦਾ ਇਲਾਜ ਕਰ ਸਕਦੇ ਹਾਂ ਪਰ ਇਹਦਾ ਨਹੀਂ ਬਾਕੀ ਬਾਅਦ ਚ ਦੇਖ ਲਾਂਗੇ ਪਹਿਲਾਂ ਇਹਨੂੰ ਸੂਤ ਕਰ ਲਈਏ ਪਤੰਦਰੂ ਕੁਛ ਤਾਂ ਸ਼ਰਮ ਕਰੋ ਮੈਂ ਹੁਣੇ ਔਰਤ ਦੇ ਸਨਮਾਨ ਬਾਰੇ ਭਾਸ਼ਣ ਦੇ ਕੇ ਹਟਿਆ ਬਾਈ ਜੀ ਵੋਟ ਤਾਂ ਮੰਗ ਲਓ ਜਿੱਤੋਗੇ ਕਿੱਦਾਂ ਮੰਗਣ ਵਾਲਿਆਂ ਨੂੰ ਜਿੱਤਣ ਦਾ ਕੋਈ ਹੱਕ ਨਹੀਂ ਮੈਨੂੰ ਤੁਹਾਡੀ ਵੋਟ ਨਹੀਂ ਸਿਰ ਪਿਆਰ ਚਾਹੀਦਾ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹੋਇਆ ਮਾਤਾ ਜੀ ਨੂੰ ਮਾਤਾ ਜੀ ਨੂੰ ਕੈਂਸਰ ਹੋਇਆ ਉਹ ਕੈਂਸਰ ਹੋਇਆ ਤਾਂ ਹਸਪਤਾਲ ਲੈ ਕੇ ਜਾਣਾ ਸੀ ਅਸੀਂ ਹਸਪਤਾਲ ਕਾਹਦੇ ਲਈ ਬਣਾਇਆ ਹਸਪਤਾਲ ਚ ਗਰੀਬਾਂ ਦੀ ਕੌਣ ਸੁਣਦਾ ਨਾ ਸਾਡੇ ਕੋਲ ਪੈਸਾ ਡਿੰਪੀ ਇੰਦਰ ਯਾਰ ਮਾਤਾ ਜੀ ਨੂੰ ਹੁਣੇ ਹਸਪਤਾਲ ਪਹੁੰਚਾਓ ਠੀਕ ਹੈ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਤੁਹਾਡੀ ਖੱਜਲ ਖੁਆਰੀ ਹੁੰਦੀ ਹੈ ਤੁਹਾਡਾ ਕੋਈ ਕੰਮ ਨਹੀਂ ਹੁੰਦਾ ਤੁਸੀਂ ਮੈਨੂੰ ਆ ਕੇ ਦੱਸੋ ਮੈਂ ਆਪ ਤੁਹਾਡੇ ਨਾਲ ਚੱਲੂਗਾ ਬਾਈ ਜੀ ਵੋਟ ਤਾਂ ਮੰਗ ਲਓ ਮੈਂ ਵੋਟ ਮੰਗਣ ਨਹੀਂ ਤੁਹਾਡੀ ਸਪੋਰਟ ਮੰਗਣਾ ਹੈ ਤੁਹਾਡੇ ਸਾਥ ਤੇ ਸਾਡੀ ਸਰਕਾਰ ਦੀ ਮਿਹਨਤ ਦਾ ਸਦਕਾ ਸੂਬਾ ਤਰੱਕੀ ਵੱਲ ਵੱਧ ਰਿਹਾ ਪਰ ਪੰਜਾਬ ਨੇ ਹਾਲੇ ਅੱਗੇ ਬਹੁਤ ਤਰੱਕੀ ਕਰਨੀ ਹੈ ਜਿਸ ਵਿੱਚ ਤੁਹਾਡੇ ਸਾਥ ਦੀ ਜ਼ਰੂਰਤ ਹੈ ਬਹੁਤ ਮਿਹਰਬਾਨੀ
मैं चंगी तरह जानता कि किवें विरोधी पार्टियां साडी पार्टी का अक्स बिगाड़न लई दिन रात तरलो मच्छी हो रही है। पर मेरे वीरो साथो वध तुसी भली भांत जानते हो कि साडे मर दरवेश सियासतदान सा मां भागो दे हथां दे पले होए आ अख दे रोब नाल पत्थर भी पाड़ देईए। थाला तुत्ता ऊंत बुद्धा हो जू पर उतना नहीं आना ले फलाए चल पाजी इतने दो दो ऊंत ने दे ते हा पाजी ऊंत डोले मानू थले दे फलाए चल ध्यान रखी मिलिया काम बड़ी सफाई नाल करना दुनिया जानती है बिल्ले नागनी दा निशाना ते जुबान मेरे साले ते दोवी पक्के ने शाबाश गुड लक ते ना किसे वड्डे लीडर वाल वेख के मैं एक ऐसे किसान दा पोता जेड़ा सारी उम्र लोकां लई जीविया ते लोकां लई मरे बेशर्मा के मेरे पिता सरदार गुरदेव सिंह तो मैं यही सीखा कि भला उन्हां लोकां दा कीता जा सकता जो अपना भला खुद करना चाहते ए दुनिया मनती पुत्र मेरे लिए राजनीति नहीं लोक सेवा है शूटर कहना अपने आप ऐदा बच गया साला भाजी मेरी डोली तो तली बाजी का एक होर नवा मोहरा मीडिया तो वैसे आलमोस्ट सारा ही इकट्ठा हो गया घबराने की कोई लोड़ नहीं एक दो दिन रेस्ट करोगे तो सब कुछ ठीक हो जाएगा ओके आओ जी स्टार रिपोर्टर अंजलि जी जय हो कोई नवी दाजी बस जी फिर जी चढ़ी जाते हो कामयाबी दी पौड़ियां छमा छम छमा छम है जी माफ करना तो आड़ी इस तरक्की दे विच दो चार पौड़े ते असे भी लाए ने ना बिल्कुल जी बिल्कुल असी ते मुकरे हैं जी नो डाउट कहंदे ना सजा तो वे खब्बे नु ते खब्बा तो वे सज्जे नु तुसी बस अपने चैनल ते युद्धवीर दी चर्चा चलाई रखो बाकी जदों किते एक्सक्लूसिव इंटरव्यू चाहिदी होएगी युद्धवीर दी दास नु याद करियो जी एक्सक्लूसिव नहीं किसी होर चैनल ते चलन दिंदा मैं बिल्कुल ते फिर मैं हुण मिल सकदी हां हले नहीं हले नहीं क्यों युद्धवीर आराम कर रहे फिलहाल टीवी ते एक खबर चलाए रखो
कि बंदूक चली गोली निकली ते बां रगड़ के निकल गई। इहदी नलायक दी ना मन्नियो अद्धी खबर दिंदा हुंदा सी। क्यों भाई? एक्सक्लूसिव बयान भी चलाउणा युद्धवीर दा तुसी। जिवें कि युद्धवीर हुणा ने कहा है कि अजे तक दुनिया दे विच ओह गोली नहीं बनी जिहड़ी मेरे और मेरे आवाम दे दरमियान आके खड़ी हो सके और मैनू जनता दी सेवा करन तो रोक सके। तालियां। वाह वाह वाह। ओए युद्धवीर। वाह जी वाह, बंदूक अजे ठंडी भी नहीं हुई तो पेशेंट उठ के भी खड़ा हो गया। चलो यार थोड़ा रुक के चलते हैं भरा, आराम कर ले भाई। ओए वीर की होया? ओ वीर। हेलो हेलो, इधर चलना है। फोकियां फड़ा मारनियां तिना दिन वोटा पै जानिया प्रधान का भी मुंह आपे बंद हो जाना। चुप करो यार, यार सानू चा ही इना चढ़िया हुआ साडे पैर नहीं भुंजे लगते पे, तू सानू चुप कराई जाना। सीएम बनने वाला तू, गड्डी रोक। क्यों की है इंदर? गड्डी रोक। और रोक दें बाबा। और रोक दा। ओके ओके ओके। हेलो यार, पास कर दा कॉल। हेलो खेती गाड़ी यार, पता नहीं किधर गया मगरला। नीले वाल दी दे देख टिकट। काका जी पानी लियावा? पानी हां। बुट चाचे हां, पानी दा टप भर दे मैं नहाउणा। ठीक है। ओ बल्ले सरकारां भी आईयां बई। तकड़िया जे हां। आओ बैठे जी तुहाडे सीएम साहब। वाह जी वाह, प्रचार बंद होण दी खुशी विच साडा भरा छुट्टी मनाउण पिंड आया। ओए जे तू इत्थे पिंड ही आउणा है साडे नाल आ जा, साडी गड्डी दीआं सीटां चुभदीआं, बस च धक्के खांदा आया। चल पुछदे आं।
हां जिंदर किदा क्यों है वीर ठीक नहीं लगता ये तो मतलब काम फते है काका जी पानी तैयार है जी ना लो अच्छा एक गल मेरी याद रखी काका हुन मीडिया ना जिन्ना भी हां भी ਤੁਹਾਡਾ ਕੀ ਪ੍ਰੋਗਰਾਮ ਆ ਨਾਉਣਾ ਨਹੀਂ ਠੀਕ ਆ ਸੀ ਤਾਂ ਰਾਜੀ ਚੜਾਈ ਹੈ ਤਿਆਰ ਹੋ ਜਾਓ ਚਲ ਠੀਕ ਹੈ हां ठीक है जिंदर मुबारकां जी चढ़ाई हो गई गोली वाला कांड काम कर गया अपना मीडिया से छाए पए हैं इस वेले शाबाश सीएम दे औंदे दे सब तो बड़े दावेदार अदे लोक सेवा पार्टी दे आगू मेंबर सरदार युद्धवीर सिंह सिद्धू उते उनां दी चोण रैली दौरान हुए इस हमले ने सब नु हैरान करके रख दिता इस घटना नु देख के किहां दे समझया जा सकदा है कि लोकां दे दिलां विच उनां दी की जगह है गौरतलब है कि युद्धवीर सिंह सिद्धू अपने सियासी करियर की शुरुआत तो लेके आज तक अपने इस फैसले के कायम ने कि वो कदे भी अपने नाल सिक्योरिटी नहीं रखेंगे बहरहाल यह हमला किदे वालों होया है इस गुत्थी का कोई भी सिरा हल्ले तक पुलिस नु नहीं मिलया है लेकिन यह जाहिर है कि लोगों से इस प्रति बड़ा भारी रोष है ते इस वेले पूरे पंजाब की जुबान ते सिर्फ एक ही नाम है युद्धवीर तेरी सोच ते युद्धवीर तेरी सोच ते दमन ता दौड़ू इंडिया छड़ के नहीं ओ किधर भाई खेत नू ਇਦਾਂ ਦੇ ਗਲੀਆਂ ਚ ਕੋਈ ਐਮਸੀ ਨਹੀਂ ਤੁਰਿਆ ਫਿਰਦਾ ਜਿੱਦਾਂ ਸਾਡਾ ਸੀਐਮ ਤੁਰਿਆ ਫਿਰਦਾ ਯਾਰ ਉਹ ਚੱਲ ਯਾਰ ਸਤਿ ਗੱਲ ਆ ਪੁੱਤ ਯੁੱਧਵੀਰ ਸਤਿ ਸ੍ਰੀ ਅਕਾਲ ਚਾਚਾ ਜੀ ਜਿਉਂਦਾ ਰਹਿ ਪੁੱਤ ਮਿਰਚਾਂ ਵਾਰਿਆ ਕਰ ਆਪਣੇ ਸਿਰ ਤੋਂ ਚੰਦਰੀ ਨਜ਼ਰ ਲੱਗ ਜਾਂਦੀ ਹੈ ਲੋਕਾਂ ਦੀ ਵੈਸੇ ਤੂੰ ਚੱਲਿਆ ਕਿੱਧਰ ਹੁਣ खेत चलिया सी घरे जाके आराम कर लेना सी थोड़ा ओथे केड़ा नेरी आ रही सी चाचा हुण घरे भी कितनी देर बैठा रहा जो होना सी ओह तां हो गया होर करमो दा की हाल है बिलकुल ठीक है ओह अपने मुंडे नूं ट्यूशन तो लैण गई होई है ओह अपने मुंडे नूं आपां तुसीं खेडो ताश है ओह वेख कदों होया चलो बल्ले ओ जवाना कुछ किया ही शाबाश बदाम वधा होए दे अरे मर चलो डंड डुंड वधाओ दे चलो भाई जी आ सारा अपने पिंड विच पुक्की वेचदा भूत नहीं दिया भैण दी नवी पनीरी ता पहले दुध क्यों मुंह ला के राजी नहीं के तू चंगा उन्होंने सुके मेव्या ते लाउण लगा है बोल ओ यार रिंग टोना लाइया इन्हां ते गौर भी कर लिया करो भाई माफ कर दियो बस आह ही है तेरे कन ते एक पैनी ते तीन महीने ना तेरे कना चो टैटे हुंदी रहूगी माफी ता तेरे फरिश्तियां नु भी नहीं मिलनी ते तू केड़ियां गल्लां करदा ओ चको ए भाई जी रहण दियो भाई जी प्यो दियो आइटम आ पुक्की अरे भाई जी मार दियो अरे बलता की वाल नहीं लाना चाहिए धौण ते नशियां ने खा लिया जवानी गालती कोई 10 साल तक दा न्याणा नहीं छड्या इन्हां ने दिल तक करदा जी मार दियो इन्हां नु ओ किधरों सूरज चढ़िया बिना बहारों ही कोला कूक रही अज तां छड़ वीर चल चलिए चल ओ ठहर जो ओ एडी भी केड़ी काल आ ओ रुक जाओ चार दिन वोटा मंगदे थक गए होने आ ओ पिंड आराम कर नहीं आना हुंदा ओदा कड़ी तुहानू फिकर पई पिंड दी कम तां कोई करना नहीं इहनू की युद्ध वीर आपां घर चलिए यार आप टाइम रहें दे वापस भी मुड़ना तो नाले आराम भी करना थोड़ा है चल आ जा यार ओ जाओ चल जाओ वापस ओ इस पेंडरी ने राजनीति दी पट्ठ नु अग देनी बंद करती आ
ਗੱਲ ਸੁਣ। ਹਾਂਜੀ। ਇੱਥੇ ਤਾਂ ਫੁੱਲ ਬੀਜੇ ਸੀ, ਕਮਾਦ ਕਿੱਥੋਂ ਆ ਗਿਆ? ਫੁੱਲ ਇਹ ਤਾਂ ਕਮਾਦ ਹੈ ਜੀ, ਬਾਕੀ ਜੇ ਤੁਸੀਂ ਕਹਿੰਦੇ ਹੋ ਤਾਂ ਫੁੱਲ ਮੰਨ ਲੈਂਦੇ। ਚੰਗਾ ਜੀ, ਸਤਿ ਸ੍ਰੀ ਅਕਾਲ। ਡਿੰਪੀ ਸਰ ਕੀ ਕਹੀ ਜਾਂਦੇ, ਯਵਲੀਆਂ ਮਾਰੀ ਜਾਂਦੇ। ਘਰ ਚੱਲ, ਆਪਾਂ ਘਰ ਬਹਿ ਕੇ ਗੱਲ ਕਰਦੇ ਹਾਂ, ਕਨਫਿਊਜ਼ਨ ਹੋ। ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਚਾਲ ਨੇ ਤੁਹਾਡੇ? ਸਤਿ ਸ੍ਰੀ ਅਕਾਲ। ਆ ਮੁੰਡਾ ਹੈ ਮੇਰਾ, ਚੱਲ ਓਏ ਸਤਿ ਸ੍ਰੀ ਅਕਾਲ ਬੁਲਾ। ਤੇਰਾ ਮੁੰਡਾ? ਤੇਰਾ ਵਿਆਹ ਕਦੋਂ ਹੋਇਆ? ਤਾਂ ਟਾਈਫਾਇਡ ਸੀ। ਟਾਈਫਾਇਡ ਉਹ ਤਾਂ 7 ਸਾਲ ਪਹਿਲਾਂ ਹੋਇਆ ਸੀ, ਹੁਣ ਤੇ ਮੇਰੇ ਵਿਆਹ ਨੂੰ ਵੀ 6 ਸਾਲ ਹੋ ਗਏ ਨੇ। ਤੁਸੀਂ ਪਿੰਡ ਹੀ ਇੰਨੇ ਚਿਰਾਂ ਬਾਅਦ ਆਉਂਦੇ ਹੋ? ਗੁੱਡੀ ਘਰ ਜਾ, ਤੂੰ ਆਰਾਮ ਕਰੋ। ਚਲੋ ਪੁੱਤਰ, ਚੰਗਾ ਵੀਰੇ, ਸਤਿ ਸ੍ਰੀ ਅਕਾਲ, ਮੈਂ ਚੱਲਦੀ ਹਾਂ। ਕਰ ਬੈ ਗੱਲ ਕਰ। ਪੁੱਤ ਤੇਰੇ ਮਾਮਾ ਜੀ ਸੀਗੇ। ਉਹ ਕੀ ਹੋਇਆ ਭਾਈ? ਨਿਹਾਲ ਦਾ ਕਮਰਾ ਹੁੰਦਾ ਸੀ। ਨਿਹਾਲ ਨੂੰ ਮਰਿਆ ਤਾਂ 5 ਸਾਲ ਹੋ ਗਏ। ਨਿਹਾਲ ਕਿੱਥੇ ਸੌਂਦਾ? ਉਹ ਕੋਈ ਨੀ ਯਾਰ, ਘਰੇ ਚੱਲ ਆਰਾਮ ਕਰ ਲੈ। ਯਾਰ ਕੀ ਬਕਵਾਸ ਹੈ, ਆਰਾਮ ਕਰ ਆਰਾਮ ਕਰ, ਮੈਂ ਬਿਮਾਰ ਹਾਂ। ਨਹੀਂ ਉਹ ਸਮਝ ਨਹੀਂ ਆ ਰਿਹਾ, ਮੈਂ ਤੈਨੂੰ ਕੀ ਦੱਸਾਂ ਤੇ ਕਿਵੇਂ ਦੱਸਾਂ। ਡਿੰਪੀ, ਮਾਨਵੀ ਜਦੋਂ ਉਹਨੂੰ ਗੋਲੀ ਲੱਗਣ ਤੋਂ ਬਾਅਦ ਗਿਰ ਗਿਆ ਸੀ ਯੁੱਧਵੀਰ। ਅੱਛਾ ਯੁੱਧਵੀਰ, ਮੈਨੂੰ ਇੱਕ ਗੱਲ ਦੱਸੋ, ਹਾਲ ਫਿਲਹਾਲ ਦੇ ਦਿਨਾਂ ਵਿੱਚ ਕੀ ਹੋਇਆ ਸੀ? ਦੇਖੋ ਯੁੱਧਵੀਰ, ਮੈਂ ਤੁਹਾਡੀ ਪ੍ਰੋਬਲਮ ਨੂੰ ਸਮਝ ਸਕਾਂ, ਇਹਦੇ ਲਈ ਤੁਹਾਨੂੰ ਸਾਰੀ ਗੱਲ ਮੈਨੂੰ ਡਿਟੇਲ ਵਿੱਚ ਦੱਸਣੀ ਪਏਗੀ। ਮੇਰੇ ਪਿਤਾ ਸਰਦਾਰ ਗੁਰਦੇਵ ਸਿੰਘ, ਅਸੀਂ ਸ਼ਾਂਤਮਈ ਢੰਗ ਨਾਲ ਧਰਨਾ ਦੇਵਾਂਗੇ। ਇੱਕ ਨੇਕ ਦਿਲ ਤੇ ਸਰਬੱਤ ਦਾ ਭਲਾ ਚਾਹੁਣ ਵਾਲੇ ਕਿਸਾਨ ਆਗੂ, ਲੋਕਾਂ ਲਈ ਕਦੇ ਉਹਨਾਂ ਨੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ। ਸੱਚ ਸਾਹਮਣੇ ਆਉਂਦਾ, ਜੇ ਦੁਬਾਰਾ ਦਿੱਸਿਆ ਨਾ ਗੋਲੀ ਮਾਰ ਦੂੰ। ਤੁਹਾਨੂੰ ਕਿੰਨੀ ਵਾਰੀ ਕਿਹਾ ਬਾਪੂ ਜੀ, ਇਹ ਗੰਦੀ ਰਾਜਨੀਤੀ ਤੁਹਾਡੇ ਜੇ ਨੇਕ ਦੇ ਲੋਕਾਂ ਲਈ ਨਹੀਂ। ਪੁੱਤਰ, ਮੇਰੇ ਲਈ ਰਾਜਨੀਤੀ ਰਾਜਨੀਤੀ ਨਹੀਂ, ਲੋਕ ਸੇਵਾ ਹੈ। ਲੋਕਾਂ ਦੇ ਪੁਆੜਿਆਂ ਨੂੰ ਆਪਣੇ ਸਿਰ ਲੈਣ ਨੂੰ ਲੋਕ ਸੇਵਾ ਕਹਿੰਦੇ ਹੋ? ਮੈਂ ਤਾਂ ਇਹਨਾਂ ਲਈ ਆ ਯੁੱਧਵੀਰ, ਜਦੋਂ ਜਦੋਂ ਇਹਨਾਂ ਨਾਲ ਵਧੀਕੀ ਹੋਏਗੀ ਮੈਂ ਇਹਨਾਂ ਲਈ ਜ਼ਰੂਰ ਖੜਾਂਗਾ। ਕੋਈ ਨਾ, ਫਿਰ ਕਿਸੇ ਦਿਨ ਆਪੇ ਤੁਹਾਨੂੰ ਦੱਸ ਦੇਣਗੇ ਇਹ ਕਿਸ ਦਾ ਸਾਨੂੰ ਕਿੰਨਾ ਕੁ ਜਾਣਦੇ ਆ, ਬਾਕੀ ਤੁਹਾਡੀ ਮਰਜ਼ੀ। ਬਾਪੂ ਜੀ ਸਰਪੰਚ ਦੀ ਇਲੈਕਸ਼ਨ ਚ ਖੜੇ ਹੋ ਗਏ ਤੇ ਦੂਸਰੇ ਪਾਸੇ ਬਲਦੇਵ ਸਿੰਘ ਨੇ ਪੈਸਾ ਵੀ ਅੰਨੇ ਵਾਰ ਰੋੜਿਆ, ਸ਼ਰਾਬ ਤੇ ਭੁੱਕੀ ਵੀ। ਜਦੋਂ ਉਸਨੂੰ ਫਿਰ ਵੀ ਆਪਣੀ ਓਨੀ ਹਵਾ ਬਣਦੀ ਨਜ਼ਰ ਨਾ ਆਈ। ਬਾਬੇ ਨਾਨਕ ਨੇ ਗੱਲ ਆਪਣੀ ਬਾਣੀ ਵਿੱਚ ਕਹੀ, ਗੁੜਨ ਖੁੱਟੇ ਨਾਨਕਾ ਪੌਣਕ ਸੱਚ ਰਹੀ, ਗੁੜਨ ਖੁੱਟੇ ਨਾਨਕਾ ਪੌਣਕ ਸੱਚ ਰਹੀ। ਸੱਚ ਜੂਗਾ ਦੀ ਸੱਚ ਹੈ ਵੀ ਸੱਚ, ਹੋਸੀ ਵੀ ਸੱਚ, ਆਦਿ ਸੱਚ ਜੂਗਾ ਦੀ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਾਕਾ ਜੀ, ਸਰਦਾਰ ਜੀ ਨੂੰ ਪੁਲਿਸ ਫੜ ਕੇ ਲੈ ਗਈ, ਕਹਿੰਦੇ ਨਸ਼ਾ ਵੇਚਦੇ ਹੋ ਤੁਸੀਂ।
ਜਿਹੜੇ ਲੋਕਾਂ ਲਈ ਬਾਪੂ ਜੀ ਨੇ ਸਾਰੀ ਜ਼ਿੰਦਗੀ ਲੜਾਈ ਲੜੀ ਸੀ ਉਹੀ ਲੋਕਾਂ ਸਾਹਮਣੇ ਹੁਣ ਸਿਰ ਚੁੱਕਣ ਦੀ ਹਿੰਮਤ ਨਹੀਂ ਸੀ ਉਹਨਾਂ ਚ ਆਪਣੀ ਲੜਾਈ ਹਾਰ ਜਾਣ ਦਾ ਦੁੱਖ ਸੀ ਜਾਂ ਲੋਕਾਂ ਨੂੰ ਨਾ ਬਦਲ ਪਾਉਣ ਪਤਾ ਪਰ ਕੁਛ ਨਾ ਕੁਛ ਜ਼ਰੂਰ ਸੀ ਜੋ ਉਹਨਾਂ ਨੂੰ ਅੰਦਰੋਂ ਅੰਦਰ ਹੀ ਖਾ ਰਿਹਾ ਸੀ ਹੱਕ ਸੱਚ ਲਈ ਜੂਝਣ ਵਾਲਾ ਗੈਰਤਮੰਦ ਇਨਸਾਨ ਦਸਾ ਨੌਹਾਂ ਦੀ ਕਿਰਤ ਕਮਾਈ ਕਰਨ ਵਾਲਾ ਕਿਰਸਾਨ ਜਿਸ ਨੇ ਆਪਣਾ ਜੀਵਨ ਸਾਰਾ ਜੀਵਿਆ ਲੋਕਾਂ ਲਈ ਗੁਣ ਕੁੱਟੇ ਨਾਨਕਾ ਓੜਕ ਸੱਚ ਰਹੀ ਗੁਣ ਕੁੱਟੇ ਨਾਨਕਾ ਓੜਕ ਸੱਚ ਰਹੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੋਸੀ ਵੀ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਭਲੇ ਪੁਰਖ ਨਾਲ ਦੋਖੀ ਲੋਕਾਂ ਤਗਾ ਫਰੇਬ ਕਮਾਇਆ ਦੁਨੀਆਂ ਦੀ ਨਜ਼ਰਾਂ ਵਿੱਚ ਉਸ ਨੂੰ ਮੁਜਰਮ ਗਿਆ ਬਣਾਇਆ ਬਾਪੂ ਜੀ ਕੀ ਹੋਇਆ ਹੈ ਰਿਲੈਕਸ ਰਿਲੈਕਸ ਆਰਾਮ ਕਰ ਵੀ ਰਿਲੈਕਸ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਹੋਸੀ ਵੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਹੋਸੀ ਵੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਹੋਸੀ ਵੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਹੋਸੀ ਵੀ ਸੱਚ ਬਾਪੂ ਜੀ ਅੱਛਾ ਇਹ ਹਾਦਸੇ ਨੂੰ ਕਿੰਨਾ ਵਕਤ ਹੋਇਆ ਦੋ ਦਿਨ ਫੋਰ ਸ਼ੋਰ ਮੈਮਰੀ ਲੌਸ ਤਾਂ ਹੈ ਬਾਪੂ ਜੀ ਦਾ ਹਾਦਸਾ ਕਿੰਨੇ ਸਾਲ ਪਹਿਲਾਂ ਹੋਇਆ ਸੀ ਪਰ ਸਾਹਿਬ ਉਹਨੂੰ 7 ਸਾਲ ਹੋ ਗਏ ਸੀ ਪਰ ਸੱਟ ਤਾਂ ਬਾਂਹ ਤੇ ਲੱਗੀ ਸੀ ਮਤਲਬ ਬਾਂਹ ਤੇ ਗੋਲੀ ਲੱਗਣ ਨਾਲ ਕਿਸੇ ਦੀ ਯਾਦਾਸ਼ਤ ਡਾਕਟਰ ਸਾਹਿਬ ਕਿੱਦਾਂ ਜਾ ਸਕਦੀ ਹੈ ਜੀ ਪੁਆਇੰਟ ਪਰ ਇੱਕ ਗੱਲ ਦੱਸੋ ਗੋਲੀ ਲੱਗਣ ਤੋਂ ਬਾਅਦ ਇਹ ਖੜਾ ਹੋਇਆ ਸੀ ਨਹੀਂ ਨਹੀਂ ਉਹਦਾ ਬਹੁਤਾ ਡਿੱਗਿਆ ਅੱਜ ਹੋਰ ਤੇ ਕੱਲ ਹੋਰ ਹੋ ਜਾਣ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਲਈ ਯੁੱਧਵੀਰ ਰਾਜਨੀਤੀ ਚ ਆਇਆ ਉਹਨੇ ਸਿਰਫ ਅੱਗੇ ਵਧਣ ਦੇ ਰਾਸਤੇ ਲੱਭੇ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਉਹ ਰਾਸਤੇ ਸਹੀ ਨੇ ਜਾਂ ਗਲਤ ਤੇ ਅੱਜ ਉਹ ਆਪਣੀ ਜ਼ਿੰਦਗੀ ਦੇ ਪਿਛਲੇ 7 ਸਾਲ ਪੂਰੇ ਭੁੱਲ ਚੁੱਕੇ ਉਸ ਆਦਮੀ ਨੂੰ ਸੀਐਮ ਕਿਵੇਂ ਬਣਾਇਆ ਜਾ ਸਕਦਾ ਹੈ ਜਿਹਨੂੰ ਇਹ ਵੀ ਨਹੀਂ ਯਾਦ ਕਿ ਉਹ ਕਦੇ ਪੋਲੀਟਿਕਸ ਵਿੱਚ ਸੀ ਵੀ ਕਿ ਨਹੀਂ ਔਰ ਵੈਸੇ ਵੀ ਜ਼ਿੰਦਗੀ ਦੇ ਜਿਸ ਮਕਾਮ ਤੇ ਖੜਾ ਨਾ ਅੱਜ ਉੱਥੇ ਉਹ ਪੋਲੀਟਿਕਸ ਨੂੰ ਸਖਤ ਨਫ਼ਰਤ ਕਰਦਾ ਡਾਕਟਰ ਨੇ ਇਹ ਵੀ ਵਾਰਨਿੰਗ ਦਿੱਤੀ ਆ ਕਿ ਯੁੱਧਵੀਰ ਨੂੰ ਕੋਈ ਵੀ ਪੁਰਾਣੀ ਗੱਲ ਕੋਈ ਪੁਰਾਣੀ ਬਾਤ ਯਾਦ ਦਵਾਉਣ ਦੀ ਕੋਸ਼ਿਸ਼ ਕੀਤੀ ਤਾਂ ਦਿਮਾਗ ਤੇ ਪ੍ਰੈਸ਼ਰ ਪੈ ਸਕਦਾ ਪ੍ਰਧਾਨ ਦਾ ਫੋਨ ਹੈ ਬਣ ਜਾ ਯੁੱਧਵੀਰ ਯਾਰ ਕਮਾਲ ਕਰਦਾ ਮੈਂ ਹੈਲੋ ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ ਯੁੱਧਵੀਰ ਜ਼ਰਾ ਟੀਵੀ ਤਾਂ ਆਨ ਕਰ ਕੋਈ ਤਾਜ਼ਾ ਖਬਰ ਹੈ ਖਾਸ ਤੇਰੇ ਵਾਸਤੇ ਕਿ ਮਹਿਰੂਮ ਗੁਰਪਿਆਰ ਸਿੰਘ ਜੀ ਨਾਲ ਵਾਪਰਿਆ ਸੜਕ ਹਾਦਸਾ ਕੁਦਰਤੀ ਨਹੀਂ ਸੀ ਬਲਕਿ ਇਸ ਨੂੰ ਜਾਣ ਬੁੱਝ ਕੇ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ ਆਓ ਦੇਖਦੇ ਹਾਂ ਲੋਕ ਸੇਵਾ ਪਾਰਟੀ ਦੇ ਪ੍ਰਧਾਨ ਤੇ ਕਾਰਜਕਾਰੀ ਮੁੱਖ ਮੰਤਰੀ ਹਰਬੰਸ ਸਿੰਘ ਜੀ ਦਾ ਇਸ ਬਾਰੇ ਕੀ ਕਹਿਣਾ ਹੈ ਅਸੀਂ ਇਹਦੇ ਉੱਤੇ ਇਨਕੁਆਇਰੀ ਕਮਿਸ਼ਨ ਬਿਠਾ ਦਿੱਤਾ ਜਲਦੀ ਹੀ ਸੱਚ ਸਾਹਮਣੇ ਆ ਜਾਊਗਾ ਬਹਰਹਾਲ ਸੱਚ ਕੀ ਹੈ ਇਹ ਤੇ ਆਉਣ ਵਾਲਾ ਵਕਤ ਹੀ ਦੱਸੇਗਾ ਜੇ ਸਿੱਧੇ ਜੇ ਤਰੀਕੇ ਨਾਲ ਸੋਚਿਆ ਜਾਏ ਤਾਂ ਸ਼ਕਤੀ ਸੂਈ ਉਸ ਦੇ ਵੱਲ ਇਸ਼ਾਰਾ ਕਰਦੀ ਹੈ
ਜਿਸ ਨੂੰ ਇਸ ਸਭ ਦੇ ਨਾਲ ਸਭ ਤੋਂ ਜ਼ਿਆਦਾ ਫਾਇਦਾ ਹੋ ਸਕਦਾ ਸੀ। ਦਮਨਜੀਤ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਜਾਣਦਾ ਫਾਇਦਾ ਮਿਲਣ ਵਾਲੀ ਗੱਲ ਨਾਲ ਯੁਧਵੀਰ ਸਿੰਘ ਸਿੱਧੂ ਜੀ ਵੱਲ ਇਸ਼ਾਰਾ ਕਰਨਾ ਚਾਹੁੰਦੇ ਹਾਂ। ਬਕਵਾਸ ਹੈ ਸਭ, ਲੇਕਿਨ ਇਹ ਜ਼ਰੂਰੀ ਨਹੀਂ ਹੈ, ਉਹਨਾਂ ਦਾ ਇਸ ਦੇ ਵਿੱਚ ਕੋਈ ਹੱਥ ਨਹੀਂ। ਤੇਰਾ ਨਾਮ ਸ਼ੱਕ ਦੇ ਘਰੇ ਚ ਹੈ, ਇਸ ਕਰਕੇ ਪਾਰਟੀ ਤੈਨੂੰ ਸੀਐਮ ਬਣਾਉਣ ਵਾਸਤੇ ਸੋਚ ਵੀ ਨਹੀਂ ਸਕਦੀ। ਯੁਧਵੀਰ ਦਾ ਨਾਮ ਵੋਟਾਂ ਲੈਣ ਲਈ ਵਰਤਿਆ ਇਹਨਾਂ ਨੇ, ਤੇ ਹੁਣ ਜਦੋਂ ਸੀਐਮ ਦੇ ਅਹੁਦੇ ਦੀ ਗੱਲ ਆਈ ਹੈ ਤਾਂ ਪ੍ਰਧਾਨ ਦਮਨ ਦਾ ਨਾਮ ਪ੍ਰਪੋਜ਼ ਕਰ ਰਿਹਾ। ਹੁਣ ਜਦ ਯੁਧਵੀਰ ਆਪਣੀ ਮੰਜ਼ਿਲ ਦੇ ਇੰਨਾ ਕੋਲ ਪਹੁੰਚ ਗਿਆ ਹੈ ਤਾਂ ਇਹ ਨਹੀਂ ਮਾਨਵੀ, ਚੀਫ ਮਿਨਿਸਟਰ ਤਾਂ ਯੁਧਵੀਰ ਸਿੰਘ ਹੀ ਬਣੂਗਾ ਇਸ ਹਾਲਤ ਵਿੱਚ। ਯੈਸ ਯੈਸ, ਸੀਐਮ ਤਾਂ ਸਿਰਫ ਯੁਧਵੀਰ ਹੀ ਬਣੇ। ਯਾਰ ਇਹ ਯੁਧਵੀਰ ਤਾਂ ਆਪਣੇ ਬਾਪੂ ਜੀ ਨੂੰ ਪੋਲੀਟਿਕਸ ਨਹੀਂ ਸੀ ਕਰਨ ਦਿੰਦਾ ਤੇ ਆਪ ਕਿੱਦਾਂ ਕਰੂਗਾ? ਵੇਖੋ ਜੀ, ਸੀਐਮ ਬਣਨਾ ਫਿਰ ਪੋਲੀਟਿਕਸ ਤਾਂ ਕਰਨੀ ਪੈਣੀ, ਹੁਣ ਘਰੇ ਵਿਹਲੇ ਬੈਠੇ ਨੂੰ ਕੋਈ ਸੀਐਮ ਬਣਾ ਨਹੀਂ ਦਿੰਦਾ। ਜੇ ਤਾਂ ਵਿਹਲੇ ਸੀਐਮ ਬਣਦੇ ਹੁੰਦੇ ਨਾ ਤਾਂ ਪਿੰਡਾਂ ਚ ਵੀਹ ਸੀਐਮ ਬੋੜਾਂ ਥੱਲੇ ਬੈਠੇ ਤਾਸ਼ ਖੇਲਦੇ ਹੁੰਦੇ। ਪਰ ਯਾਰ ਇਹ ਰਾਜਨੀਤੀ ਨਾ ਹੈ ਬਹੁਤ ਗੰਦੀ ਚੀਜ਼। ਕੌਣ ਕਹਿੰਦਾ ਗੰਦੀ ਹੈ ਰਾਜਨੀਤੀ? ਰਾਜਨੀਤੀ ਨਾਲੋਂ ਸਾਫ਼ ਤਾਂ ਚੀਜ਼ ਹੀ ਕੋਈ ਨਹੀਂ ਹੋ ਸਕਦੀ, ਤਾਂ ਹੀ ਤਾਂ ਲੋਕੀ ਹੱਥ ਧੋ ਕੇ ਕੁਰਸੀ ਦੇ ਪਿੱਛੇ ਪੈ ਜਾਂਦੇ ਆ। ਪਰ ਯਾਰ ਜੇ ਦਮਨਜੀਤ ਵਰਗੇ ਚਗਲਾਂ ਦੇ ਹੱਥ ਸੱਤਾ ਚਲੀ ਗਈ ਨਾ ਤਾਂ ਫਿਰ ਸਰ ਗਿਆ ਸੂਬੇ ਦਾ। ਫਿਕਰ ਨਹੀਂ, ਸੀਐਮ ਤਾਂ ਸਾਡਾ ਯਾਰ ਹੀ ਬਣੇਗਾ। ਬਣਨਾ ਤਾਂ ਚਾਹੀਦਾ, ਪਰ ਏਦਾਂ ਨਹੀਂ ਬਣਦਾ ਜੇ ਤੂੰ ਇੱਥੇ ਬੈਠਾ ਰਹੇਗਾ, ਜਾ ਕੇ ਗੱਲ ਕਰ ਉਹਦੇ ਨਾਲ। ਮੈਂ ਲੈ ਹੋਰ ਕੌਣ ਕਰੇਗਾ, ਜਾ ਕੇ ਸਮਝਾ ਉਹਨੂੰ। ਨਹੀਂ ਸਮਝਾ ਤਾਂ ਮੈਂ ਦੇਵਾਂ, ਪਰ ਲੈ ਜਿੱਥੇ ਪਾਰਪੁਰ ਆ ਗਿਆ ਉੱਥੇ ਨੀ ਗੱਲ ਬਣਦੀ ਹੁੰਦੀ। ਮੈਂ ਕਹਿੰਦਾ ਨਾਲੇ ਤੇਰਾ ਦਿਮਾਗ ਟੈਸਟ ਹੋ ਜੂਗਾ ਵੀ ਇੱਥੇ ਕੁਝ ਹੈ ਵੀ ਕਿ ਐਵੇਂ ਤੂੜੀ ਭਰੀ ਹੈ। ਗੱਲ ਕਰ ਜਾ ਕੇ ਯਾਰ, ਡਰਦਾ ਕਿਉਂ? ਠੀਕ ਹੈ, ਕਿਆ ਬਾਤ ਹੈ, ਬਾਗਾ ਬਾਗਾ ਬੋਏ ਕਮਾਨ। ਯਾਰ ਯੁਧਵੀਰ, ਇੱਕ ਗੱਲ ਕਰਨੀ ਸੀ ਤੇਰੇ ਨਾਲ। ਦੱਸ, ਜਿਹੜਾ ਸੀਐਮ ਹੁੰਦਾ ਨਾ, ਸੀਐਮ ਮਤਲਬ ਮੁੱਖ ਮੰਤਰੀ, ਇੱਥੇ ਟ੍ਰਾਂਸਲੇਸ਼ਨ ਕਰਨਾ ਹੈ। ਯਾਰ ਕੀ ਪਾਵਰ ਹੁੰਦੀ ਹੈ ਉਹਦੀ, ਹੈ ਜੋ ਮਰਜ਼ੀ ਕਰਦੇ, ਜੋ ਮਰਜ਼ੀ ਚੰਗਾ ਮਾੜਾ। ਯਾਰ ਮੈਂ ਕਹਿਣਾ ਜਿਹੜੇ ਪੰਜਾਬ ਦੇ ਹਾਲਾਤ ਨੇ ਨਾ, ਉਹਦੇ ਹਿਸਾਬ ਨਾਲ ਸੀਐਮ ਚਾਹੀਦਾ ਤੇਰੇ ਵਰਗਾ। ਕੀ ਹੋਇਆ? ਹੈ ਜਾਂਦਾ ਨੀ ਸ਼ੇਰ ਬਣ, ਉੱਠ ਜਾ ਗੱਲ ਕਰ ਜਾ ਕੇ ਉਹਦੇ ਨਾਲ। ਯਾਰ ਡਿੰਪੀ, ਮੈਂ ਹਰ ਕੰਮ ਚ ਅੱਗੇ ਹੋ ਕੇ ਚੌਧਰੀ ਕਿਉਂ ਬਣ ਜਾਂਦਾ? ਉਹ ਤੇਰਾ ਵੀ ਯਾਰ ਹੈ, ਤੂੰ ਜਾਇਆ, ਤੇਰਾ ਵੀ ਹੱਕ ਹੈ ਉਹਦੇ ਤੇ। ਮੈਂ ਹੱਕ ਮੰਗਿਆ ਤੇਰੇ ਕੋਲੋਂ, ਸਾਰੇ ਲਿਫਾਫੇ ਚ ਪਾ ਕੇ ਹੱਕ ਫੜਾਈ ਜਾਂਦੇ। ਦਿਲੋਂ ਦੇ ਰਿਹਾ, ਲੈ ਲੈ ਯਾਰ, ਮਜ਼ਾ ਲੈ। ਮੇਰੀ ਮੋਟਰ ਦੀ ਬਿਜਲੀ ਕੱਟ ਦਿੱਤੀ, ਮੇਰੀ ਫਸਲ ਉੱਗੀ ਨਾ, ਮੇਰਾ ਟੱਬਰ ਰੋਜ ਐਮਐਲਏ ਸਾਹਿਬ। ਯਾਰੇ ਮੈਨੂੰ ਐਮਐਲਏ ਕਿਉਂ ਕਹਿ ਰਹੇ? ਯਾਰ ਗਰੀਬ ਬੰਦੇ ਦੀ ਜਿਹੜਾ ਸੁਣਵਾਈ ਕਰ ਲਈ ਉਹਦੇ ਲਈ ਤਾਂ ਉਹੀ ਐਮਐਲਏ ਹੁੰਦਾ। ਹਾਂ ਬਾਬਾ ਜੀ, ਆ ਜਾਓ ਤੁਸੀਂ ਅੰਦਰ, ਉਹ ਮੇਰੀ ਗੱਲ ਤਾਂ ਸੁਣੋ ਤੁਸੀਂ। ਬਾਬਾ ਜੀ ਹੋ ਜਾਏਗਾ ਕੰਮ ਥੋੜਾ, ਪਿੰਡ ਵਾਲੇ ਨੇ ਨਾ ਭੋਲੇ ਹੁੰਦੇ ਆ ਥੋੜੇ, ਕੋਈ ਗੱਲ ਨੀ। ਕੀ ਐਮਐਲਏ ਸਾਹਿਬ, ਐਮਐਲਏ ਸਾਹਿਬ ਲਾਈ ਹੋਈ ਹੈ ਤੁਸੀਂ? ਪੁੱਤ ਜੇ ਸਾਡੇ ਹਲਕੇ ਦਾ ਐਮਐਲਏ ਨਹੀਂ ਸਾਡੀ ਮਦਦ ਕਰੂਗਾ, ਹੋਰ ਕੌਣ ਕਰੂ? ਨਹੀਂ, ਤੁਹਾਨੂੰ ਕਿਹਨੇ ਕਿਹਾ ਕਿ ਐਮਐਲਏ ਮਦਦ ਨਹੀਂ ਕਰੂਗਾ? ਕਰੂਗਾ, ਪਰ ਬਾਪੂ ਜੀ ਸਾਡੇ ਨਾ ਸਰਦਾਰ ਸਾਹਿਬ ਨੂੰ ਬੁਰਾ ਲੱਗਦਾ ਜੇ ਐਵੇਂ ਕੋਈ ਉਹਨਾਂ ਦੇ ਹੱਥ ਪੈਰ ਜੋੜੀ ਜਾਏ। ਅੱਛਾ ਅੱਛਾ, ਉਹ ਜੀ ਬਿਲਕੁਲ, ਸਾਡੇ ਐਮਐਲਏ ਸਾਹਿਬ ਦਿਲੋਂ ਸੇਵਾ ਕਰਦੇ ਨੇ ਆਪਣਾ ਫਰਜ਼ ਸਮਝ ਕੇ, ਉਹਨਾਂ ਨੂੰ ਮਿੰਨਤ। ਬੱਲੇ ਬੱਲੇ, ਸੋਹਣਾ ਤਰੀਕਾ ਬਜ਼ੁਰਗਾਂ ਨੂੰ ਟਰਕਾਉਣ ਦਾ। ਕੀ ਗੱਲ ਭਲਵਾਨ ਜੀ, ਅੱਜ ਕਿਸੇ ਮਾੜੇ ਭਲਵਾਨ ਨੇ ਢਾਲਿਆ ਸੀ ਜਿਹੜਾ ਸਾਡੇ ਤੇ ਕੰਡ ਝਾੜੀ ਜਾਂਦੇ ਹੋ? ਉਹ ਬਜ਼ੁਰਗੋ, ਕਿੱਥੇ ਆ ਕੇ ਹੱਥ ਪੈਰ ਜੋੜੀ ਜਾਂਦੇ ਆ? ਹੈ ਇਹ ਲੀਡਰ ਕੌਮ ਨੂੰ ਨਾ ਸਿਰਫ ਤੇ ਸਿਰਫ ਆਮ ਬੰਦੇ ਦੀ ਨਾ ਵੋਟ ਦੇਖਦੀ ਹੁੰਦੀ ਆ, ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਪਹਿਲਾਂ ਆਏ ਕਦੇ ਆਪਣਾ ਦੁੱਖ ਸੁੱਖ ਸੁਣ ਲਏ? ਬਿਲਕੁਲ ਸਹੀ ਗੱਲ ਹੈ, ਤੇ ਜਦੋਂ ਤੱਕ ਵੋਟਾਂ ਪਾਉਣ ਵਾਲਾ ਆਮ ਇਨਸਾਨ ਆਪਦੀ ਤਾਕਤ ਨਹੀਂ ਪਹਿਚਾਣਦਾ ਉਦੋਂ ਤੱਕ ਇਹ ਹੁੰਦਾ ਹੀ ਰਹਿਣਾ।
ਬਾਪੂ ਜੀ ਦੱਸੋ ਉਹ ਜੇਈ ਨੇ ਤੁਹਾਡੀ ਬਿਜਲੀ ਕੱਟੀ ਕਿਉਂ? ਮੈਂ ਬੱਕਰੀਆਂ ਕਰਦੀਆਂ ਹੁੰਦੀਆਂ, ਸ਼ੇਰਾਂ ਵਾਂਗੂ ਬੋਲੀਦਾ ਹੁੰਦਾ। ਆਓ ਬਾਪੂ ਜੀ ਮੈਂ ਦੇਖਦਾ। ਆਓ ਐਮਐਲਏ ਨੀ ਕਹਿਣਾ, ਗੁੱਸਾ ਕਰਦੇ ਆ। ਯਾਰ ਦਿੱਤੀ ਹੁਣ ਕੋਈ ਨਵਾਂ ਪੰਗਾ ਤਾਂ ਨਹੀਂ ਛੱਡੂ? ਪੁੱਤ ਮੇਰੇ ਜਵਾਨਤੀਆਂ ਤੇ ਮੇਰੀ ਅੱਖ ਰੱਖਦਾ, ਪੜ੍ਹਨ ਜਾਂਦੇ ਨੂੰ ਇੱਕ ਦੋ ਵਾਰੀ ਛੇੜਿਆ ਵੀ ਹੈ। ਮੈਂ ਇਤਰਾਜ਼ ਕੀਤਾ ਤਾਂ ਇਹਦਾ ਤੰਗ ਕਰ ਲਿਆ ਗਿਆ, ਝੂਠਾ ਖੁੰਡਿਆ ਕੇਸ ਬਣਾ ਕੇ ਬਿਜਲੀ ਕੱਟਤੀ। ਅਮੀ ਦੋਣਾਂ ਦਾ ਬੁੜਾ ਕਿੱਥੇ ਲੈ ਚੱਲਿਆ ਕਾਕਾ ਜੀ? ਬਿੱਲ ਭੇਜਣਾ, ਉਹ ਅਸੀਂ ਟਾਈਮ ਤੇ ਭੇਜ ਦਿੱਤਾ, ਬੱਤੀ ਨੀ ਆਉਂਦੀ, ਜਾ ਕੇ ਸਰਕਾਰ ਨਾਲ ਗੱਲ ਕਰੋ। ਪੂਰੇ ਕੀ ਲੈਣ ਆਏ ਹੋ? ਸਾਡੇ ਗਰੀਬਾਂ ਲਈ ਤਾਂ ਬੈਂਕ ਨਹੀਂ ਸਰਕਾਰ, ਤੁਸੀਂ ਸਾਡੇ ਮਸਲੇ ਹੱਲ ਕਰਨੇ ਨੇ। ਹੁਣ ਤੁਸੀਂ ਦੱਸੋ ਐਡਾ ਬਿੱਲ ਆ ਕਿਵੇਂ ਗਿਆ? ਗੱਲ ਸੁਣ, ਉਹ ਮੁੰਡਾ ਖਲੋਤਾ ਨਾ ਲਾਈਨ ਵਿਚ, ਯੰਕੀ ਟੋਪੀ ਵਾਲਾ, ਉਹਦੇ ਘਰੇ ਹਲੇ ਮੀਟਰ ਵੀ ਨਹੀਂ ਲੱਗਿਆ ਤਾਂ ਵੀ ਬਿੱਲ ਆ ਗਿਆ। ਤੇ ਤੂੰ ਬੱਤੀ ਲੋਈ ਜਾ ਕੇ ਬਿੱਲ ਤਾਂ, ਨਹੀਂ ਤਾਂ ਤੇਰਾ ਮੀਟਰ ਕੱਟ ਦਿਆਂਗੇ। ਹੋਰ ਤੁਹਾਨੂੰ ਉਹਦਾ ਵੀ ਕੀ ਮੀਟਰ ਕੱਟਣ ਦੋ ਸੀ? ਤੁਸੀਂ ਐਵੇਂ ਜਬਲੀਆਂ ਨਾ ਮਾਰੋ ਤੇ ਮੇਰੀ ਗੱਲ ਦਾ ਜਵਾਬ ਦਿਓ, ਕਿਸ ਵਜ੍ਹਾ ਤੇ ਲੋਕਾਂ ਦੇ ਮੀਟਰ ਕੱਟਦੇ ਹੋ? ਸਰ ਬਿੱਲ ਨਹੀਂ ਸੀ ਤਾਰਦੇ ਇਸ ਲਈ। ਤੇ ਇਹ ਬਜ਼ੁਰਗ, ਇਹ ਤਾਂ ਆਪਣਾ ਬਿੱਲ ਟਾਈਮ ਸਿਰ ਭਰਦੇ, ਇਹਨਾਂ ਦਾ ਮੀਟਰ ਕਿਉਂ ਕੱਟਿਆ? ਇਹਨਾਂ ਦਾ ਮੀਟਰ ਮੈਂ ਸਰ, ਮੈਂ ਮੇਰਾ ਮਤਲਬ ਮੈਂ ਹੁਣੇ ਪਤਾ ਕਰਾਂਦਾ ਸਰ। ਮੈਂ ਤੁਹਾਨੂੰ ਸਭ ਪਤਾ, ਤੇ ਇਸ ਤੋਂ ਪਹਿਲਾਂ ਕਿ ਬਾਹਰ ਬੈਠੇ ਲੋਕਾਂ ਨੂੰ ਪਤਾ ਲੱਗੇ ਆਪਣੀ ਗਲਤੀ ਸੁਧਾਰ ਲਓ। ਜੇਈ ਸਾਹਿਬ, ਇਹ ਕੁਰਸੀਆਂ ਚ ਮਿਲ ਸਕਦੀਆਂ ਤੇ ਖੁਸ਼ ਵੀ ਸਕਦੀਆਂ। ਸਰ ਜ਼ਰੂਰ ਕੋਈ ਤੁਹਾਨੂੰ ਗਲਤ ਫਹਿਮੀ ਹੋਈ, ਤਸ਼ਰੀਫ ਰੱਖੋ ਸਰ। ਇਹ ਆਪਣੀ ਕੁਰਸੀ ਮੈਨੂੰ ਕਿਉਂ ਦੇ ਰਹੇ? ਦਰਅਸਲ ਜੋਏ ਦੀਆਂ ਕਰਤੂਤਾਂ ਹੈ ਨਾ, ਇਸ ਕੁਰਸੀ ਤੇ ਬਹਿਣ ਦੇ ਲਾਇਕ ਹੀ ਨਹੀਂ ਹੈਗਾ, ਤਾਂ ਤੁਹਾਨੂੰ ਆਪਣੀ ਕੁਰਸੀ ਆਫਰ ਕਰ ਰਿਹਾ। ਗਰੀਬ ਦਾ ਹੌਂਕਾ ਆਵਾਜ਼ ਘੱਟ ਕਰਦਾ ਪਰ ਸੱਟ ਅੰਦਰ ਤੱਕ ਮਾਰਦਾ। ਕੁਰਸੀ ਦੇ ਨਸ਼ੇ ਚ ਇਹ ਨਾ ਭੁੱਲੋ ਕਿ ਕੁਰਸੀ ਤੁਹਾਨੂੰ ਸਰਕਾਰ ਨੇ ਦਿੱਤੀ ਹੈ ਤੇ ਸਰਕਾਰ ਬਣਾਉਂਦੀ ਆਮ ਜਨਤਾ। ਤਨਖਾਹ ਲਓ ਅਫਸਰਾਂ ਵਾਲੀ ਤੇ ਕੰਮ ਕਰੋ ਜਨਤਾ ਦੀ ਸੇਵਾਦਾਰਾਂ ਵਾਲੇ। ਸਮਝ ਆਈ? ਜੀ ਸਮਝ ਗਿਆ ਸਰ। ਹੁਣ ਮੈਨੂੰ ਇਹ ਦੱਸੋ ਇਹਨਾਂ ਦੀ ਮੋਟਰ ਕਦੋਂ ਚੱਲੂ? ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਹੀ ਤੁਹਾਡਾ ਕਨੈਕਸ਼ਨ ਚੱਲ ਪਊਗਾ ਬਾਬਾ ਜੀ। ਮਾਈਂਡ ਇਟ, ਓਕੇ? ਆ ਜਾਓ ਬ੍ਰਦਰ। ਆ ਸਰ ਕੁਝ ਚਾਹ ਠੰਡਾ। ਤੁਸੀਂ ਰਿਜ਼ਲਟ ਦਿਓਗੇ ਤਾਂ ਜ਼ਿਆਦਾ ਵਧੀਆ ਹੈ। ਓਕੇ ਇੰਦਰ, ਇਹਨੂੰ ਸਸਪੈਂਡ ਕਰ। ਆਪਣੇ ਪਿਓ ਵਾਂਗੂ ਬੋਲਦਾ ਪੁੱਤ, ਅੱਜ ਉਹਦੀ ਰੂਹ ਨੂੰ ਬੜੀ ਖੁਸ਼ੀ ਹੋਈ ਹੋਣੀ ਹੈ ਸਭ ਦੇਖ ਕੇ। ਜਿਉਂਦਾ ਵਸਦਾ ਰਹੋ। ਉਸਤਾਦ ਜੀ, ਬੰਦਾ ਉਦਾਂ ਦਾ ਹੈ ਨਹੀਂ ਜਿੱਦਾਂ ਆਪਾਂ ਸੋਚਦੇ ਸੀ। ਬੜੀ ਮਿਹਰਬਾਨੀ ਪੁੱਤ, ਮਾਲਕ ਮਿਹਰ ਕਰੇ। ਲਓ ਜੀ ਕਰ ਲੋ ਕਿ ਉਹਨੂੰ ਭਾਂਡਾ, ਜਿਨ੍ਹਾਂ ਦਾ ਕੰਮ ਕਰਾਉਣ ਆਏ ਸੀ ਉਹ ਤਾਂ ਇੱਥੇ ਛੱਡ ਕੇ ਆਪ ਟਿੱਬ ਗਏ। ਇੰਨਾ ਨੀ ਉਹਨਾਂ ਨੂੰ ਖਿਆਲ ਵੀ ਜਿਸ ਬੰਦੇ ਨੂੰ ਲਿਆਂਦਾ ਸੀ ਉਹਨੂੰ ਵਾਪਸ ਘਰ ਵੀ ਛੱਡਣਾ। ਹਾਂਜੀ ਚੱਲ ਕੋਈ ਨਾ, ਯਾਰ ਕਦੋਂ ਕੰਮ ਆਉਣਗੇ? ਅੱਛਾ ਯਾਰਾਂ ਦਾ ਘੜੋਕਾ ਹੀ ਚੱਲੂ ਫਿਰ ਅੱਜ। ਆਓ ਵੀ ਮਿੱਤਰੋ, ਫਿਰ ਟੈਂਪੂ ਚੱਲੇ ਆਰਾਮ ਆਉਂਦਾ। ਡਿੰਪੀ ਯਾਰ, ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਇਹ ਸਾਰੇ ਲੋਕ ਮੈਨੂੰ ਇੰਨੀ ਇੱਜ਼ਤ ਕਿਉਂ ਦਿੰਦੇ ਆ? ਸਰ ਜੀ ਸਰ ਜੀ, ਉਹ ਦਰਅਸਲ ਮੈਨੂੰ ਲੱਗਦਾ ਨਾ ਤੇਰੀ ਸ਼ਕਲ ਕਿਸੇ ਬਹੁਤ ਮਸ਼ਹੂਰ ਪੰਜਾਬੀ ਸਿੰਗਰ ਨਾਲ ਮਿਲਦੀ ਹੈ। ਮੇਰੀ ਸ਼ਕਲ? ਮੇਰੀ ਸ਼ਕਲ ਕਿਹੜੇ ਸਿੰਗਰ ਨਾਲ ਮਿਲਦੀ? ਗੁਰਸੇਵਕ ਮਾਨ ਨਾਲ। ਚੱਲ ਇਹਨਾਂ ਨਾਲ ਵੀ ਭਾਗ ਲੱਗ ਗਿਆ ਅੱਜ। ਉਹ ਲੈਂਦਾ ਜੱਟ ਨਜ਼ਾਰੇ ਖੋੜ ਟਰੈਕਟਰ ਤੇ ਫੁਰ ਫੁਰ। ਓਏ ਚਾਚੇ ਤੇਰਾ ਬੇੜਾ ਤਰਜੇ, ਗੱਡੀ ਦਾ ਗੱਡਾ ਬਣਾ ਛੱਡਿਆ। ਉਹ ਇੰਨੇ ਪੱਠੇ? ਉਹ ਮੈਂ ਸੋਚਿਆ ਵੀ ਗੱਡੀ ਤੇ ਹੈਗੀ ਆ ਬਈ, ਦੋ ਚਾਰ ਦਿਨ ਦਾ ਸਰ ਗਿਆ ਤੇ ਜਿਹੜਾ ਹਫਤਾ ਸਾਨੂੰ ਮੁੜ ਕੇ ਆ ਗੱਡੀ ਸਾਫ ਕਰਾਉਣ ਚ ਲੱਗ ਜਾਣਾ ਯਾਰ। ਹਾਂ 24 ਲੱਖ ਦੀ ਖੁਰਲੀ ਬਣਾਤੀ ਯਾਰ ਤੂੰ। ਤੁਸੀਂ ਦੋਵੇਂ ਦੱਸੋ ਇਹ ਗੱਡੀ ਹੈ ਕਿਹਦੀ ਤੇ ਤੁਹਾਡੇ ਕੋਲ ਆਈ ਕਿਵੇਂ? ਮੈਂ ਵੀ ਇਹੀ ਪੁੱਛਿਆ ਸੀ, ਕਹਿੰਦਾ ਟਾਈਮ ਆਉਂਦੇ ਦੱਸਾਂਗਾ। ਪੁੱਛੋ ਇਹਨੂੰ। ਦੱਸ ਫਿਰ, ਟਾਈਮ ਆ ਗਿਆ। ਇਹ ਗੱਡੀ ਹੈ ਕਿਸੇ ਵੱਡੀ ਕੰਪਨੀ ਦੀ ਹੈ ਔਰ ਆਈ ਇਧਰੋਂ ਹੈ, ਰਸਤਾ ਖੁੱਲਿਆ ਨਾ ਜ਼ਰਾ ਆ ਜਾਂਦੀ ਵੱਡੀ। ਬੰਦਿਆਂ ਵਾਂਗੂ ਦੱਸ ਦੇ। ਮੈਂ ਤੇ ਬਹੁ ਕਿਸੇ ਕੋਲੋਂ ਪੈਸੇ ਲੈਣੇ ਸੀ ਯਾਰ, ਉਹ ਪੈਸੇ ਨਹੀਂ ਸੀ ਦਿੰਦਾ, ਗੱਡੀ ਦੀ ਚਾਬੀ ਫੜ ਲਈ। ਅਸੀਂ ਕਿਹਾ ਪੈਸੇ ਦੇ ਜੀ ਗੱਡੀ ਲੈ ਜੀ, ਕਿੱਡੀ ਵੱਡੀ ਗੱਲ ਹੈ ਯਾਰ ਇਹਦੇ ਚ। ਯਾਰ ਵੈਸੇ ਬੂਟੇ ਦਾ ਕੰਮ ਸੌਖਾ ਹੋ ਗਿਆ ਇਸ ਕਾਰ ਕਰਕੇ। ਦੇਖ ਕਿੰਨਾ ਖੁਸ਼ ਹੈ। ਵੈਸੇ ਕਿਸੇ ਦੀ ਖੁਸ਼ੀ ਵਿੱਚੋਂ ਕਿੰਨੀ ਖੁਸ਼ੀ ਮਿਲਦੀ ਹੈ ਇਹਦਾ ਪਤਾ ਮੈਨੂੰ ਅੱਜ ਚੱਲੇ। ਅੱਜ ਜਦੋਂ ਉੱਥੇ ਬਿਜਲੀ ਘਰ ਦੇ ਵਿੱਚ ਉਹ ਬਜ਼ੁਰਗਾਂ ਦਾ ਕੰਮ ਕਰਵਾਇਆ ਤਾਂ ਫਿਰ ਮੈਨੂੰ ਅਹਿਸਾਸ ਹੋਇਆ ਕਿ ਬਾਪੂ ਜੀ ਲੋਕਾਂ ਦੇ ਪਿੱਛੇ ਕਿਉਂ ਭੱਜੇ ਫਿਰਦੇ ਸੀ। ਆਵੀ ਫੁਰ ਫੁਰ।
ਉੱਤੇ ਕਿਹੜੀਆਂ ਪਤੰਗਾਂ ਲੁੱਟੀ ਜਾਂਦੇ ਹੋ? ਥੱਲੇ ਆ ਕੇ ਦੇਖੋ ਕੌਣ ਆਇਆ ਬਈ। ਓਏ ਕਿੱਧਰੋਂ ਆ ਗਿਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਹੋ? ਮੈਂ ਮਾਨਵੀ। ਮਾਨਵੀ ਇੱਥੇ ਕਿਵੇਂ ਆਏ ਜੀ? ਤੈਨੂੰ ਮਿਲਣ ਆਈ ਆ। ਹੋਰ ਕੀ, ਜਿਆਦਾ ਫਰੈਂਕ ਨਹੀਂ ਹੋਣਾ ਮੈਨੂੰ। ਕੀ ਕੰਮ ਆ ਤੁਹਾਨੂੰ ਮੇਰੇ ਨਾਲ? ਇਹਨਾਂ ਦੀ ਸੰਸਥਾ ਕੋਈ ਸੰਸਥਾ ਤੋਂ ਕੋਈ ਕੰਮ ਹੈ ਉਹਦੇ ਵਾਸਤੇ? ਹਾਂਜੀ ਹਾਂਜੀ ਹਾਂਜੀ। ਪਰ ਤੁਹਾਡੀ ਸੰਸਥਾ ਦੇ ਮੈਂ ਕੀ ਕੰਮ ਆ ਸਕਦਾ? ਆਪਾਂ ਇੱਦਾਂ ਸਾਰੀਆਂ ਹਵਾਈ ਗੱਲਾਂ ਹੀ ਕਰਨੀਆਂ ਕਿ ਸਾਹਮਣੇ ਬਹਿ ਕੇ ਵੀ ਗੱਲ ਕਰ ਸਕਦੇ ਹਾਂ? ਅੱਛਾ ਠੀਕ ਹੈ, ਆ ਜਾਓ ਉੱਪਰ, ਉਧਰ ਦੀ ਆ ਜਾਓ। ਅਸੀਂ ਆ ਜਾਂਦੇ ਉੱਪਰ। ਹਾਂਜੀ ਆਓ ਜੀ। ਮਨ ਵੀ ਇੱਕ ਚੀਜ਼ ਧਿਆਨ ਚ ਰੱਖਣੀ ਹੈ ਕਿ ਤੁਸੀਂ ਉਹਨੂੰ ਜਾਣਦੇ ਨਹੀਂ, ਠੀਕ ਹੈ? ਫਸਟ ਟਾਈਮ ਮਿਲ ਰਹੇ ਤੁਸੀਂ ਜੀ। ਮਾਈਂਡ ਇਟ, ਯੂ ਆਰ ਅਨਨੋਨ ਟੂ ਮੀ। ਸਤਿ ਸ਼੍ਰੀ ਅਕਾਲ ਜੀ। ਆਓ ਮਾਨ ਆਓ ਬੈਠੋ। ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਉੱਥੇ ਬਹਿ ਜਾਓ ਵੀਰ ਦੇ ਕੋਲ। ਨਹੀਂ ਇੱਥੇ ਇੱਥੇ ਨਹੀਂ ਜੀ, ਤੁਸੀਂ ਇੱਧਰ ਉਹਨਾਂ ਦੇ ਦੰਦ ਪੜਾਉਣ ਲੱਗੇ, ਇਕੱਠੇ ਬਿਠਾਈ ਜਾਂਦੇ, ਇੱਧਰ ਬੈਠੋ ਜੀ। ਨਹੀਂ ਤੁਸੀਂ ਇੱਦਾਂ ਕਰੋ, ਤੁਸੀਂ ਇੱਧਰ ਹੀ ਆ ਜਾਓ ਜੀ। ਇਹ ਕੀ ਕਰ ਰਹੇ ਆ ਯਾਰ, ਚੱਲ ਤੂੰ ਬਹਿ ਜਾ ਇੱਥੇ, ਮੈਂ ਉੱਧਰ ਬਹਿ ਜਾਂਦਾ, ਕੋਈ ਗੱਲ ਨੀ। ਹਾਂਜੀ ਦੱਸੋ ਕਿਵੇਂ ਤਸ਼ਰੀਫ ਲਏ? ਮੈਂ ਗਰੀਬਾਂ ਦੀ ਮਦਦ ਦੇ ਲਈ ਆਈ ਆ। ਮਿਹਰਬਾਨੀ ਜੀ, ਪਰ ਅਸੀਂ ਇੰਨੇ ਵੀ ਗਰੀਬ ਨਹੀਂ ਹੈਗੇ। ਨਹੀਂ ਨਹੀਂ, ਆਈ ਮੀਨ ਗਰੀਬਾਂ ਦੇ ਵਾਸਤੇ ਮਦਦ ਲੈਣਾ ਹੀ ਆ। ਮੇਰੇ ਖਿਆਲ ਨਾਲ ਇਹਨਾਂ ਦੇ ਕਹਿਣ ਦਾ ਮਤਲਬ ਹੈ ਵੀ ਇਹਨਾਂ ਦੀ ਸੰਸਥਾ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਦੀ ਹੈ ਤੇ ਉਹਦੇ ਵਾਸਤੇ ਤੁਹਾਡੇ ਕੋਲੋਂ ਫੰਡਿੰਗ ਲੈਣ ਆਏ ਆ। ਫਿਰ ਕਿਹਾ ਜਿੱਦਾਂ ਉਹ ਬਜ਼ੁਰਗ ਦੀ ਮਦਦ ਨਹੀਂ ਕੀਤੀ ਆਪਾਂ। ਡਿੰਪੇ, ਤੂੰ ਇਹਨਾਂ ਬਾਰੇ ਕੁਛ ਜ਼ਿਆਦਾ ਹੀ ਨਹੀਂ ਜਾਣਦਾ? ਅੱਗੇ ਤੋਂ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੋਵੇ ਨਾ, ਉਹਨਾਂ ਨੂੰ ਭੇਜ ਦੇਣਾ, ਤੁਹਾਨੂੰ ਆਪ ਆਉਣ ਦੀ ਜ਼ਰੂਰਤ ਨਹੀਂ। ਉਹ ਵੀ ਆਏ ਆ ਜੀ। ਬੇੜਾ ਕਿੱਥੇ? ਬਾਹਰ। ਬਾਹਰ ਬਾਹਰ ਕਿੱਧਰ ਗਏ? ਲਾਗੀ ਸਮਝ ਕਿੱਦਾਂ ਗੱਲ ਕਰਨੀ ਆਪਾਂ ਅੰਦਰ ਜਾ ਕੇ, ਠੀਕ ਹੈ ਨਾ? ਹੱਥ ਸੁਝ ਰੱਖ, ਕਿੱਦਾਂ ਗੱਲ ਕਰੋ? MLA ਸਾਹਿਬ, ਅਸੀਂ ਬਹੁਤੇ ਗਰੀਬ ਹੈ। ਓਏ ਉਹ ਤਾਂ ਤੇਰੀ ਸ਼ਕਲ ਤੇ ਹੀ ਲਿਖਿਆ ਯਾਰ। ਕਿੰਨੀ ਵਾਰੀ ਦੱਸਿਆ MLA ਨਹੀਂ ਕਹਿਣਾ, ਪਰ ਕਿਉਂ? ਓਏ ਆਪਣੇ MLA ਸਾਹਿਬ ਜ਼ਮੀਨ ਨਾਲ ਜੁੜੇ ਹੋਏ ਆਦਮੀ ਨੇ, ਦਿਲੋਂ ਸੇਵਾ ਕਰਨਾ ਜਾਣਦੇ ਨੇ ਉਹ ਲੋਕਾਂ ਦੀ, ਮਿਹਨਤ ਤਰਲਾ ਕਿਸੇ ਦਾ ਪਸੰਦ ਨਹੀਂ ਕਰਦੇ ਉਹ। ਤੁਹਾਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ? ਓਏ ਹੋਏ ਹੋਏ, ਉਹ ਜੀਓ ਮੁੰਡਿਆ, ਜੱਫੀ ਪਾ ਜੱਫੀ ਪਾ। ਲਓ ਵੀ ਹੁਣ ਸਾਰਿਆਂ ਨੇ ਸੁਣ ਲਿਆ ਨਾ, ਇਹਨੂੰ ਫਾਲੋ ਕਰਨਾ, ਜਿੱਦਾਂ ਇਹ ਗੱਲ ਕਰਦਾ ਉਦਾਂ ਕਰਨੀ, ਸਾਰਿਆਂ ਨੂੰ ਦੱਸ ਵੀ ਕਿੱਦਾਂ ਗੱਲ ਕਰਨੀ। MLA ਸਾਹਿਬ, ਤੇਰਾ ਬੇੜਾ ਗਰਕ ਜਿੱਥੋਂ ਦੀ ਖੋਤੀ ਉੱਥੇ ਹੀ ਅਣ ਖਲੋਤੀ। MLA ਨਹੀਂ ਕਹਿਣਾ, ਉਹ CM ਬਣਨ ਵਾਲੇ ਯਾਰ, ਆਪਾਂ MLA ਕਹਿੰਦੇ ਚੰਗੇ ਲੱਗਦੇ ਆ। ਫਿਰ CM ਕਹਿ ਦੇਣਾ ਜਨਾਬ। ਨਹੀਂ ਯਾਰ, CM ਨਹੀਂ ਬਣੇ ਅਜੇ, ਇਸ ਕਰਕੇ CM ਨਹੀਂ ਕਹਿ ਸਕਦੇ। ਨੋ CM ਨੋ MLA, ਓਕੇ? ਠੀਕ ਹੈ ਠੀਕ ਹੈ ਭਾਜੀ, ਸਾਰੇ ਉਦਾਂ ਗੱਲ ਕਰੋ। ਸਾਹਿਬ ਬਹਾਦਰ ਜਨਾਬ, ਹਾਂ ਜਨਾਬ ਕਹੋ। ਉਹ ਯਾਰ ਭਰਾ ਜੀ, ਭਾ ਜੀ, ਭਾਈ ਸਾਹਿਬ, ਕੁਝ ਵੀ ਕਹੋ, MLA CM ਨਾ ਕਹੋ, ਠੀਕ ਹੈ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ ਕੀ ਪਰੇਸ਼ਾਨੀ ਹੈ ਜੀ? ਭਾਜੀ ਪੁਲਿਸ ਵਾਲਿਆਂ ਨੇ ਮੇਰਾ ਟਰੱਕ ਫੜ ਲਿਆ ਨਜਾਇਜ਼ ਹੀ, ਬਿਨਾਂ ਕਿਸੇ ਕਸੂਰ ਤੋਂ। ਅੱਛਾ, ਤੁਸੀਂ ਟਿੰਟੂ ਵਾਲਾ ਤੰਗ ਕਰਦਾ ਜੀ, ਅਗਰ ਸਮਾਨ ਆ ਜਾਂਦਾ ਤਾਂ ਕਹਿੰਦਾ ਹਾਈ ਨੀ, ਜੇ ਦਿੰਦਾ ਤਾਂ ਘੱਟ ਤੋਲਦਾ ਤੇ ਪਿੱਛੋਂ ਬਜਦਾ ਬਲੈਕ ਕਰ ਦਿੰਦਾ। ਕੋਈ ਨਾ ਮੈਂ ਦੇਖ। ਹਾਂ ਵੀ ਕਾਕਾ, ਤੇਰੀ ਕੀ ਸਮੱਸਿਆ? ਲੰਮਣਾ ਦੀ ਕੁੜੀ ਤਾਂ ਪਹਿਲਾਂ ਹੀ ਮੈਨੂੰ ਵੇਖਦੀ ਸੀ, ਮੈਂ ਜਾ ਕੇ ਉਹਨੂੰ ਪ੍ਰਪੋਜ਼ ਕਰਤਾ, ਉਹਨੇ ਜਾ ਕੇ ਪੁਲਿਸ ਨੂੰ ਸ਼ਿਕਾਇਤ ਕਰਦੀ, ਕਹਿੰਦੀ ਮੈਨੂੰ ਤੰਗ ਕਰਦਾ, ਦੱਸੋ ਮੈਂ ਕੀ ਕਰਾਂ? ਇੰਦਰੇ ਦੀ ਮਦਦ ਕਰ ਬਈ, ਤੂੰ ਮੇਰੇ ਕੋਲ ਪਾਸੇ ਆ ਜਾ, ਮੈਂ ਦੋਨਾ ਤੈਨੂੰ ਆਸ਼ਕੀ ਦਾ ਪਰਮਿਟ ਆ ਜਾ। ਹਾਂਜੀ ਮਾਤਾ ਜੀ, ਤੁਹਾਡੀ ਕੀ ਸਮੱਸਿਆ? ਮੈਂ ਪੁੱਤ, ਮੈਂ ਬੈਂਕ ਚ ਪੈਨਸ਼ਨ ਲੈਣ ਜਾਣੀ ਆ ਤੇ ਮੈਨੇਜਰ ਮੇਰੀ ਗੱਲ ਨੀ ਸੁਣਦਾ। ਅੱਛਾ, ਤੇ ਕਦੇ ਕਹਿੰਦਾ ਉਹ ਕਾਗਜ਼ ਲਿਆਓ, ਕਦੇ ਕਹਿੰਦਾ ਉਹ ਕਾਗਜ਼ ਲਿਆਓ, ਤੇ ਮੈਂ ਕੋਈ ਨਾ ਮਾਤਾ ਜੀ ਖੱਜਲ ਹੋ ਕੇ ਆ ਜਾਂਦੀ। ਅੱਜ ਤੋਂ ਬਾਅਦ ਤੁਸੀਂ ਖੱਜਲ ਨਹੀਂ ਹੋਊਗਾ, ਠੀਕ? ਮੈਂ ਦੇਖਦਾ ਉਸ ਮੈਨੇਜਰ ਨੂੰ। ਆਓ, ਖੂਨ ਆਪਣਾ ਰੰਗ ਦਿਖਾਉਂਦਾ ਜਨਤਾ ਵਿੱਚ ਭਰਦਾ, ਪਿੰਡਾਂ ਵਿੱਚ ਖੁਸ਼ਹਾਲੀ ਆਉਂਦੀ, ਇਹੋ ਜਿਹੇ ਨਾਂ ਦਾ ਤਾਪ ਵੱਜਦਾ ਕਰਦਾ।
ਬਾਹਰ ਤੇ ਗੁੱਸਾ ਲਾਉਣ ਨਾਲ ਕੁਝ ਨਹੀਂ ਹੋਣਾ ਦਮਨ। ਉਹ ਸਭ ਕੁਝ ਛੱਡ ਛੜਾ ਕੇ ਪਿੰਡ ਚਲਾ ਗਿਆ ਤੇ ਲੋਕਾਂ ਦਾ ਹੋਰ ਵੀ ਚੇਤਾ ਬਣ ਗਿਆ। ਸਿਆਸਤ ਚ ਨੀ, ਉਹਨੂੰ ਤਾਂ ਸਾਲਾ ਫਿਲਮਾਂ ਚ ਹੋਣਾ ਚਾਹੀਦਾ ਸੀ। ਸਾਲਾ ਰੋਜ ਨਵੇਂ ਤੋਂ ਨਵੇਂ ਪਰ ਪੰਚ ਸੋਚਦਾ ਰਹਿੰਦਾ ਹੈ। ਜੋ ਵੀ ਹੈ ਉਹਨੇ ਤੇਰਾ ਸੀਨ ਖਰਾਬ ਕਰ ਦੇਣਾ ਜੇ ਏਦਾਂ ਹੀ ਚੱਲਦਾ ਰਿਹਾ ਨਾ। ਮੈਂ ਤੈਨੂੰ ਸੀਐਮ ਅਨਾਊਂਸ ਕਰਵਾ ਤਾਂ ਦੇਣਾ ਪਰ ਲੋਕਾਂ ਨੂੰ ਇਹ ਫੈਸਲਾ ਮਨਜ਼ੂਰ ਨਹੀਂ ਹੋਣਾ। ਸੀਐਮ ਤਾਂ ਦਮਨਜੀਤ ਸਿੰਘ ਦੇ ਇਲਾਵਾ ਹੋਰ ਕੋਈ ਨਹੀਂ ਬਣ ਸਕਦਾ। ਯੁਧਵੀਰ ਨੂੰ ਅਖਬਾਰ ਦੀਆਂ ਸੁਰਖੀਆਂ ਬਣਨ ਦਾ ਬਹੁਤ ਸ਼ੌਕ ਹੈ ਨਾ। ਕੱਲ ਇੱਕ ਹੋਰ ਨਈ ਸੁਰਖੀ ਬਣੂਗੀ ਉਸ ਦੇ ਨਾਂ ਦੀ। ਸ਼ਾਬਾਸ਼। ਯੁਧਵੀਰ ਤੇਰੀ ਚੜਾਈ ਹੈ ਬਈ। ਹਾਂ, ਮੇਰਾ ਮਤਲਬ ਜਿੰਨੀ ਹੁਣ ਤੇਰੀ ਚੜਾਈ ਹੈ ਨਾ ਤੈਨੂੰ ਲੀਡਰ ਬਣ ਜਾਣਾ ਚਾਹੀਦਾ। ਕਿਉਂ ਜੀ? ਇੰਦਰ ਗੱਡੀ ਰੋਕ ਨਾ ਬਣੀ ਯਾਰ, ਤੂੰ ਤਾਂ ਗੁੱਸਾ ਕਰ ਗਿਆ। ਮੈਂ ਕੋਈ ਗਲਤ ਗੱਲ ਕਹੀ? ਗੱਡੀ ਰੋਕ ਯਾਰ ਇੰਦਰ, ਸੌਰੀ ਕਹਿਤਾ ਯਾਰ ਭਾਈ, ਸੌਰੀ ਕਹਿਤਾ ਤੈਨੂੰ। ਅਰੇ ਕੁੜੀ ਸਾਨੂੰ ਬੇਇੱਜ਼ਤੀ ਕਰੀ ਜਾਂਦਾ ਯਾਰ। ਯਾਰ ਮੈਨੂੰ ਪਿਆਸ ਲੱਗੀ ਹੈ, ਮੈਂ ਪਾਣੀ ਪੀਣਾ। ਓ ਤੁਸੀਂ ਕੁਛ ਲਓਗੇ? ਨੋ ਥੈਂਕਸ। ਹਾਂ ਭਾਈ ਰੋਕ, ਆ ਢਾਬੇ ਤੇ ਰੋਕ ਲੈ ਸਾਹਮਣੇ। ਉਹਦੇ ਨਾਲ ਜਾ, ਜਾਣਦੇ ਉਹਨੂੰ। ਉਹ ਜਾ ਭਰਾਵਾ, ਇੱਕ ਪਾਣੀ ਦੀ ਬੋਤਲ ਦੇ ਯਾਰ। ਸਰ ਇੱਕ ਕੀ ਦੋ ਲਓ ਜੀ? ਨਾ ਬਸ ਇੱਕ ਹੀ ਬਹੁਤ ਹੈ। ਹਾਂ ਲਓ ਜੀ। ਪੈਸੇ? ਪੈਸੇ ਤਾਂ ਜੀ ਆਪਾਂ ਪੁਲਿਸ ਵਾਲਿਆਂ ਨੂੰ ਦੇਈਦੇ ਆ ਚੜੇ ਮਹੀਨੇ। ਉਹ ਅੱਗੇ ਪਹੁੰਚਾਉਂਦੇ ਨੇ ਜਾਂ ਨਹੀਂ ਪਹੁੰਚਾਉਂਦੇ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ। ਜਨਾਬ ਕਹੋ ਤਾਂ ਅੱਗੋਂ ਤਾਂ ਤੁਹਾਨੂੰ ਦੇ ਦਿਆ ਕਰਾਂਗੇ। ਬੋਲੋ ਯਾਰ, ਇਹ ਕੀ ਅਬਲੀਆਂ ਮਾਰੀ ਜਾਂਦਾ? ਬਕਵਾਸ ਮਾਰਦਾ ਪਿਆ, ਕਿਤੇ ਨਸ਼ੇ ਦੀ ਵਾਧ ਘਾਟ ਆ ਸਾਰੇ ਅਮਲੀ ਨੂੰ। ਤੂੰ ਚੱਲ, ਮੈਂ ਪੈਸੇ ਦੇ ਕੇ ਆਉਂਦਾ। ਇੱਕ ਅਖਬਾਰ ਲਈ ਆਈ ਆ, ਮੈਂ ਲੈ ਆਉਂਦਾ। ਕੀ ਬਕਵਾਸ ਕਰਦਾ, ਸ਼ਰਮ ਨੀ ਆਉਂਦੀ ਤੈਨੂੰ? ਕਿੰਨੇ ਪੈਸੇ ਤੇਰੇ? 20 ਰੁਪਏ। ਆ ਚੱਕ ਅਖਬਾਰ ਦੇ ਕਾਜ ਦੀ। 5 ਰੁਪਏ ਖੁੱਲੇ ਦਿਓ ਤਾਂ ਮਿਲੂ। 5 ਖੁੱਲੇ ਨੇ ਹੁਣ ਤੇ ਦਸਾਂ ਦੇ ਪਾੜ ਕੇ ਦੇ ਦਿਆਂ। ਬਕਵਾਸ ਕਰਦਾ, ਜ਼ਬਾਨ ਕਿੱਡੀ। ਇੱਦਾਂ ਦੀਆਂ ਅਖਬਾਰਾਂ ਹੋਰ ਕਿੰਨੀਆਂ ਤੇਰੇ ਕੋਲ ਇਹਦੇ ਨਾਲ ਦੀਆਂ? ਹੋਣ ਗਿਆ 50-60। ਸਾਰੀਆਂ ਫੜਾ ਮੈਨੂੰ। ਲੈ 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 ਲੈ, ਸਾਰੀਆਂ ਤੈਨੂੰ ਵੇਚ ਕੇ ਨਾ ਬਾਕੀ ਸਾਰਾ ਦਿਨ ਮੈਂ ਕੀ ਵੇਚੂ? ਤੜਫਿਆ ਕਿਦਾਂ ਜਿੱਦਾਂ ਸੱਪ ਲੜਿਆ ਹੁੰਦਾ। ਸਾਰੇ ਪੈਸੇ ਦੇਣੇ ਮੈਂ ਤੈਨੂੰ? ਮੈਂ ਪੈਸੇ ਦੇ ਕੇ ਲੈ ਕੇ, ਮੈਂ ਸਾਰੀਆਂ ਵੇਚਣੀਆਂ ਹੀ ਨਹੀਂ। ਆ ਵੀ ਰੱਖ ਆਪਣੇ ਕੋਲ, ਰੱਖ ਲੈਨੇ ਆ। ਕਿਵੇਂ ਆ ਜਾਂਦੇ ਆ ਮੂੰਹ ਚੁੱਕ ਕੇ? ਡਿੰਪੀ ਤੈਨੂੰ ਅਖਬਾਰ ਲਿਆਉਣ ਲਈ ਕਿਹਾ ਸੀ? ਪੁਰਾਣੀਆਂ ਅਖਬਾਰਾਂ ਸੀ ਉਹਦੇ ਕੋਲ ਸਾਰੀਆਂ ਯਾਰ। ਚੱਲ ਚਲੋ ਬਾਹਰ, ਆ ਡੰਡਾ ਵੇਖਦਾ ਖਾਰੂ ਪਾਇਆ ਇੱਥੇ। ਚੱਲ ਭਰਾ, ਉਹ ਕੀ ਹੋਇਆ? ਫੋਟੋ ਛਪੀ ਆਪਣੇ ਹੀਰੋ ਦੀ ਅਖਬਾਰ ਚ। ਕੀ ਕਹਿ ਰਿਹਾ? ਜਿੰਨਾ ਅਸੀਂ ਇਹਨੂੰ ਲੁਕੋ ਲੁਕੋ ਕੇ ਰੱਖਦੇ ਆ ਨਾ, ਇਹਦਾ ਪਰਛਾਵਾਂ ਬਣ ਕੇ ਇਹਦੇ ਨਾਲ ਰਹਿੰਦੇ ਆ ਵੀ ਇਹਨੂੰ ਹਕੀਕਤ ਪਤਾ ਨਾ ਲੱਗੇ। ਅਖਬਾਰ ਵਾਲਿਆਂ ਨੇ ਫਰੰਟ ਪੇਜ ਤੇ ਫੋਟੋ ਲਾਤੀ ਇਹਦੀ। ਨਿਆਣੇ ਵੀ ਨਾ, ਅੱਜ ਦੀ ਅਖਬਾਰ ਦਾ ਕੀ ਹਾਲ ਕੀਤਾ? MLA ਬਣਿਆ ਲੋਕਾਂ ਦਾ ਨਾਇਕ। ਲੋਕਾਂ ਦੇ ਭਲੇ ਲਈ ਸੜਕਾਂ ਤੇ ਉਤਰਿਆ। ਇੰਦਰ ਆਪਣੇ ਹਲਕੇ ਦਾ MLA ਕੌਣ? ਆਪਣਾ MLA ਆਪਣਾ ਅਖਬਾਰ ਚ ਫੋਟੋ ਵੀ ਛਪੀ ਹੈ। ਫੋਟੋ ਦਿਖਾ। ਇਹ ਤਾਂ ਬੱਚਿਆਂ ਨੇ ਚੰਗੀ ਕਲਾਕਾਰੀ ਕੀਤੀ ਹੈ। ਕਹਿੰਦੇ ਨਾ ਬੱਚੇ ਰੱਬ ਦਾ ਰੂਪ ਹੁੰਦੇ ਆ। ਸੁਣੋ ਬੈਠੋ। ਅੱਜ ਤਾਂ ਰੱਬ ਨੇ ਬਚਾ ਲਿਆ ਭਰਾਵਾ। ਉਹ ਲਿਆ ਕਰੀਏ ਹੁਣ ਤੋਂ ਰੱਬ ਦਾ ਨਾਂ। ਹੋਰ ਜੀ, ਸਤਿ ਸ੍ਰੀ ਅਕਾਲ ਜੀ। ਹੋਰ ਜੀ, ਲੱਗ ਗਈ ਬੁੜੀ ਦੀ ਪੈਨਸ਼ਨ? ਚੰਗਾ ਹੋਇਆ। ਹੋਰ? ਹੋਰ ਵਧੀਆ, ਸਭ ਠੀਕ ਠਾਕ ਆ। ਅੱਛਾ,
कामकार कामकार तानू पता ही है जी, झोना लाता फिर रात नू बत्ती आउंदी पानी पूनी ला दीदा जी। अच्छा पशु नू पट्ठे पा देने सी? सवेरे पाते जी। अच्छा मतलब होर कोई काम कर नहीं? अज काम नू काका जी मैं केड़ा किते पटवारी लगा। चाह पानी? चाह मैं सवेरे पी ली जी। ओ फिर इदा कर, एक चाह मतलब दो चाह दे कप, सानू दोहां नू वधिया चाह पिला। काका जी तुसीं कदों तों चाह पीण लग गए जी? वैसे ही अज दिल जा कीता। मैं फिर तुसीं 10 मिनट खलो जाओ, मैं धारां कढ के ताजे दुध ही बना के पिऊंगा। यार तू ताजे दुध वाली छड, सानू दोहां नू ब्लैक टी पिला दे। मैनू किथे जी ब्लैक ब्लू शहर वाली आउंदी बनाउणी। ਜਾਂ ਫਿਰ ਪਾਣੀ ਦਾ ਗਲਾਸ ਇੱਕ ਲੈ ਕੇ। ਭਾਈ ਗਰਮੀ ਨਾਲ ਪਿਆ ਗਲਾਸ, ਜਿੰਨਾ ਮਰਜ਼ੀ ਪਾਣੀ ਪੀਓ। ਯਾਰ ਤੂੰ ਜਾ ਜਾ। ਹਾਂਜੀ ਜਾ, ਤਾਰਾ ਕੱਢ ਦੁੱਧ ਵਾਲੀ ਚਾਹ ਬਣਾ ਕੇ ਲਿਆ ਤੇ ਹੁਣ ਅੱਧਾ ਘੰਟਾ ਮੈਨੂੰ ਮੂੰਹ ਨਾ ਦਿਖਾਈ। ਅੱਧਾ ਘੰਟਾ ਤੁਰਦਾ ਬਣ। ਕਮਾਲ ਹੈ ਕਾਕਾ ਜੀ, ਚਾਹ ਕਿਉਂ ਪੀਂਦੇ? ਸੋਰੀ ਜੀ। ਚਲੋ ਮੈਂ ਚੱਲਦੀ ਹਾਂ ਫਿਰ। ਅੱਛਾ ਜੀ, ਜ਼ਰੂਰੀ ਹੈ ਜੀ? ਅੱਛਾ चलो फिर मैं तानू छड़ के बिना चाह पीते जा रहे हो। वैसे कम सारे ठीक हो गए, मेरे वालों कोई कमी पेशी तो नहीं रही? नहीं नहीं, मुझे लगता नहीं तकलीफ शायद तुम्हें ज्यादा दी थी। अपने भी कई तकलीफ दी जी। तो मेरा मतलब हुण तो जान पहचान भी होगी, दोस्ती भी होगी, ते नाले भले दा काम जी। अगे तो कोई भी काम कार दी जरूरत होवे तुसी मैनूं जरूर दसना जी। मैनूं तुसी अपना नंबर दे दो। तुसी मैनूं अपना नंबर नहीं दे सकते? हाँ क्यों नहीं, बिल्कुल। भाई पेन है? हाँ हैगा। हेलो हेलो जी, तुसी आस्ते ले लो जी। थैंक यू। ओके जी, ओके, सत श्री अकाल। आवे माही तेनू नैणा च वसा के। बापू जी फड़ाओ कई मेनू, लियाओ लियाओ, दियो ना पुत्ता। इधर नू कढ़ना पानी, लो लो बापू जी, हो गया चंगा पुत्त। चलो अपने चौथे गया। Okay.
ਦੀ ਭੈਣ ਦੀ ਛਿੱਕੜ ਛਿੱਲੀ ਇੱਕ ਮਾਮੂਲੀ ਜੇ ਬੰਦੇ ਦਾ ਕੰਡਾ ਨਹੀਂ ਕੱਟ ਸਕੇ? ਭਾਜੀ ਉਹ ਕੋਈ ਮਾਮੂਲੀ ਬੰਦਾ ਨਹੀਂ ਹੈਗਾ ਜਨਾਬ, ਉਹ ਤਾਂ ਬਹੁਤ ਵੱਡਾ ਪਹਿਲਵਾਨ ਹੈ। ਉਸ ਪਿੰਡ ਵਿੱਚ ਅਸੀਂ ਕੀ ਸਾਡੇ ਫਰਿਸ਼ਤੇ ਵੀ ਉਹਦੀ ਹਵਾ ਵੱਲ ਨਹੀਂ ਵੇਖ ਸਕਦੇ? ਊਂਠ ਦੀ ਸਵਾਰੀ ਕਰਨ ਵਾਲੇ ਕੁੱਤਿਆਂ ਤੋਂ ਨਹੀਂ ਡਰਦੇ? ਕਰਨਾ ਹੀ ਪੈਣਾ ਇਹਦਾ ਕੋਈ ਪੱਕਾ ਇਲਾਜ। ਬਾਈ ਜੀ ਆ ਮਾਰਿਓ ਮਾਰੀ ਝਾਤ। ਪਤੰਦਰੇ ਸੀ ਕੌਣ? ਮੇਰੇ ਨਾਲ ਕਿਹੜੀ ਵੱਟ ਦਾ ਰੌਲਾ ਸੀ? ਡਾਂਗਾ ਸੋਟੇ ਲੈ ਕੇ ਮੇਰੇ ਮਗਰ ਪੈ ਗਏ। ਕਾਕਾ ਜੀ ਇਹ ਤਾਂ ਮੈਨੂੰ ਪਤਾ ਨਹੀਂ ਕੌਣ ਸੀਗੇ, ਪਰ ਇੱਕ ਵਾਰ ਮੇਰੇ ਹੱਥ ਆ ਜਾਂਦੇ ਨਾ ਮੈਂ ਕੱਲਾ ਕੱਲਾ ਚੋਣਾ ਸੀ। ਉਹ ਹੁੰਦੇ ਕੌਣ ਨਹੀਂ ਸਾਰੇ ਕਾਕੇ ਨੂੰ ਹੱਥ ਲਾਉਣ ਵਾਲੇ? ਵਾਹਿਗੁਰੂ ਨੂੰ ਸਵਾਤ ਦੇ ਦੇ। ਜਨਾਬ ਹੈ ਤੇ ਇਹਨੇ ਛਿੱਤਰ ਖਾ ਕੇ ਵੀ ਕੁਝ ਨਹੀਂ ਬੋਲਿਆ। ਭਾਜੀ ਬਾਲਾ ਢੇਠ ਹੈ ਮੇਰੇ ਸਾਲੇ ਦਾ। ਬੰਦੇ ਨੂੰ ਇੰਨਾ ਮੌਤ ਦਾ ਫਿਕਰ ਨਹੀਂ ਡਰਾਉਂਦਾ ਜਿੰਨਾ ਦਮਨ ਦਾ ਜ਼ਿਕਰ ਡਰਾਉਂਦਾ ਹੈ। ਸੌਰਵ ਕੁੱਤੇ ਦਾ ਹੱਡ ਦਮਨਜੀਤ ਰੋਜ਼ ਕੋਈ ਨਾ ਕੋਈ ਨਵਾਂ ਸ਼ਗੂਫਾ ਕੱਢ ਲਿਆਉਂਦਾ। ਕਿੱਥੇ ਤਾਂ ਆਪਣੇ ਯਾਰ ਨੂੰ ਸੀ ਐਮ ਬਣਾਉਣ ਵਾਸਤੇ ਪਰਲੋ ਲਿਆਂਦੀ ਹੋਈ ਸੀ ਆਪਾਂ, ਤੇ ਹੁਣ ਤੇ ਇਸੇ ਚੀਜ਼ ਨੇ ਜਾਨ ਸਕਾਈ ਪਈ ਹੈ ਕਿ ਪੁਲਿਸ ਨੇ ਕੀਸੀਆਂ ਬਹੁਤ ਕਰਾਉਣੀਆਂ। ਯਾਰ ਮੈਂ ਜਾਣਦਾ ਬਿੱਲੇ ਨੂੰ, ਉਹ ਜਿੰਨਾ ਨਿਸ਼ਾਨੇ ਦਾ ਪੱਕਿਆ ਨਾ ਉਹਨਾਂ ਜ਼ਬਾਨ ਦਾ ਵੀ, ਪਰ ਸਲਾ ਹੱਥ ਕਿੱਦਾਂ ਲੱਗ ਗਿਆ ਉਹਨਾਂ ਦੇ? ਯਾਰ ਕਿੱਦਾਂ ਹੱਥ ਲੱਗ ਗਿਆ ਉਹਨੂੰ ਗੋਲੀ ਮਾਰ? ਹੁਣ ਇਹ ਸੋਚ ਵੀ ਉੱਥੋਂ ਕੱਢ ਕੇ ਕਿੱਦਾਂ ਲਿਆਉਣਾ ਉਹਨੂੰ। ਉੱਠ ਉੱਠ ਸਵੇਰ ਹੋ ਗਈ। ਬੜਾ ਕਟਾਪਾ ਚੜਨਾ ਯਾਰ, ਬਚਾ ਲੈਂਦਾ ਤਿਆ। ਓਏ ਗਿੱਲ ਸਾਹਿਬ ਦਾ ਫੋਨ। ਓਏ ਯਾਰ ਇੱਕ ਤਰੀਕ ਨਵੀਂ ਮੁਸੀਬਤ ਆਈ ਜਾਂਦੀ ਹੈ। ਕੀ ਕਹਿਣਾ ਇਹਨਾਂ ਨੂੰ ਹੁਣ? ਚੱਕ ਫੋਨ। ਮੈਂ ਕੀ ਕਹਿਣਾ ਇਹਨਾਂ ਨੂੰ? ਮੈਂ ਕਹਿਣਾ ਓਏ ਯਾਰ ਜੋ ਵੀਰ ਨਾਲ ਗੱਲ ਕਰਨੀ ਤੇ ਕਰਾ ਦੇ ਗੱਲ। ਹੈਲੋ ਸਤਿ ਸ੍ਰੀ ਅਕਾਲ ਜੀ। ਹਾਂਜੀ ਬਸ ਚਿੰਤਾ ਨਾ ਕਰੋ, ਮੈਂ ਬਹੁਤ ਜਲਦੀ ਆ ਜਾਣਾ ਜੀ, ਆ ਕੇ ਮਿਲਦਾ ਤੁਹਾਨੂੰ ਮੈਂ। ਡੇਪੀ ਜੋਤਵੀਰ ਦੀ ਆਵਾਜ਼ ਚ ਦਾਲ ਚ ਕੁਛ ਕਾਲਾ ਲੱਗਦਾ। ਜੀਪ ਤਿਆਰ? ਹਾਂਜੀ ਬਾਈ ਜੀ, ਚੱਲ ਚੱਲੀਏ। ਮਾਨਵੀ ਪੁੱਤਰ। ਪਾਪਾ ਤੁਸੀਂ ਅੱਜ ਬੜੀ ਸਵੇਰੇ ਉੱਠ ਗਏ। ਓ ਧੀਏ ਮੈਂ ਪਿਛਲੇ 30 ਸਾਲਾਂ ਤੋਂ ਰੋਜ਼ ਜਲਦੀ ਹੀ ਉੱਠ ਰਿਹਾ, ਪਰ ਕੀ ਗੱਲ ਅੱਜ ਕੱਲ ਤੁਸੀਂ ਕੋ ਛੇਤੀ ਉੱਠਣਾ ਸ਼ੁਰੂ ਕਰ ਦਿੱਤਾ? ਪੁੱਛ ਸਕਦਾ ਕਿ ਤਿਆਰੀ ਕਿੱਥੋਂ ਦੀ? ਪਾਪਾ ਕੀ ਗੱਲ, ਝੂਠ ਬੋਲਣਾ ਔਖਾ ਲੱਗ ਰਿਹਾ? ਧੀਏ ਤੇਰੀ ਚੁੱਪੀ ਸਾਰਾ ਸੱਚ ਸਾਬਿਤ ਕਰ ਰਹੀ ਹੈ, ਬਸ ਇਹ ਗੱਲ ਦਾ ਧਿਆਨ ਰੱਖੀ। ਮੈਂ ਆਪਣੀ ਇੱਜ਼ਤ ਬਣਾਉਣ ਲਈ ਸਾਰੀ ਉਮਰ ਲਾ ਦਿੱਤੀ ਹੈ ਜੋ ਇਸ ਵੇਲੇ ਤੇਰੇ ਹੱਥਾਂ ਵਿੱਚ ਹੈ। ਕੀ ਗੱਲਾਂ ਕਰ ਰਹੇ ਹੋ ਪਾਪਾ, ਯੁੱਧਵੀਰ ਏਦਾਂ ਦਾ ਨਹੀਂ ਹੈ, ਉਹ ਤੁਹਾਡੀ ਬਹੁਤ ਇੱਜ਼ਤ ਕਰਦਾ ਹੈ। ਧੀਏ ਰਾਜਨੀਤੀ ਵਿੱਚ ਨਾ ਕੋਈ ਮਾੜਾ ਚੰਗਾ ਨਹੀਂ ਹੁੰਦਾ, ਬਸ ਦੋਸਤ ਤੇ ਵਿਰੋਧੀ ਹੁੰਦੇ ਨੇ, ਤੇ ਉਹ ਵਿਰੋਧੀ ਪਾਰਟੀ ਦਾ ਹੈ। ਇਸ ਲਈ ਪੁੱਤ ਜੀ ਅੱਜ ਤੋਂ ਬਾਅਦ ਤੁਸੀਂ ਉਸ ਨੂੰ ਨਾ ਹੀ ਮਿਲੋ ਤੇ ਬਿਹਤਰ ਹੋਏਗਾ। ਲੇਕਿਨ ਪਾਪਾ ਮੈਂ ਉਹਨੂੰ ਪਿਆਰ ਕਰਦੀ ਹਾਂ। ਤੇ ਮੈਂ ਤੈਨੂੰ ਪੁੱਤਰ ਇਸ ਲਈ ਕਹਿਣਾ, ਤੂੰ ਜਿਹੜਾ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨਾ, ਉਹ ਰਾਜਨੀਤੀ ਦੇ ਵਿੱਚ ਮੁਮਕਿਨ ਨਹੀਂ ਹੈ।
पापा तुसी हमेशा कहने रहने हो कि राजनीति ते परिवार नू अलग अलग रखना चाहिदा। अज खुद ही राजनीति नू परिवार दे विच लेके आ रहे हो। मेरी धी है ना, इसलिए दलीला बहुत सोहनिया दे लैनी है, पर एक गल दा ध्यान रखी, जो तू करना चाहनी है ना वो कदे नहीं हो सकता। पापा प्लीज, पापा एनिमल प्लैनेट देखता हूं मैं। हां क्यों, दो शेर 30-40 गैंडियां ना लड़ सकते हैं? पावे शेरा नु कुट पवे, लड़ना तो सानू पैणा भरा। अच्छा चल रुको, एंट्री आपा एदा लेनी है जिवें शोले वाले जैत ते वीरू। अच्छा ਕਦੇ ਉਹ ਲੰਡਰ ਜੇ ਪਿੰਡ ਆ ਜਾਂਦੇ ਤੁਹਾਨੂੰ ਕੁੱਟਣ, ਤੇ ਕਦੇ ਤੁਸੀਂ ਕੱਲੇ ਹੀ ਉਹਨਾਂ ਦੇ ਡੇਰੇ ਤੇ ਚਲੇ ਜਾਂਦੇ ਆ। ਹੂੰ, ਚੱਕਰ ਕੀ ਆ? ਕੀ ਧੋਣਾਈਆਂ ਕਮਾਈ ਜਾਂਦੇ ਹੋ ਯਾਰ? ਵੈਸੇ ਤਾਂ ਅਸੀਂ ਮਰਦੇ ਦਮ ਤੱਕ ਨਹੀਂ ਦੱਸਦੇ ਕਿਸੇ ਉਪਰੇ ਨੂੰ, ਪਰ ਤੂੰ ਸਾਡੀ ਯਾਰਾ ਜਾਨ ਬਚਾਈ ਆ ਸੱਚੀ ਵੀਰ। ਉਹ ਗੱਲ ਦੱਸੋ ਕੀ ਆ? ਗੱਲ ਦਰਅਸਲ ਇਹ ਹੈ,
छोटी जी मोरी वड्डे जहाज नूं वी डुबो दिंदी आ। पर खुदार चार दिन रह गए तेरी सौ चुकन विच, दिमाग नूं ठंडा रख। नहीं रखा जांदा है ठंडा। चार दिनां विच युद्धवीर ने की कर देना की पता। मैं रोज एक नवी खेड बनाना पर ओ सब कुछ बिगाड़ दिंदा है। छोटियां खेडां खेडन नूं खेड नहीं, कंधां च टक्करां मारना कहिंदे ने। इन्हां निक्कियां निक्कियां चालां नाल दो चार गज जमीन ते कब्जा तक कीता जा सकदा है, पर पंजाब दी सत्ता ते नहीं। जे चाल वड्डी मारनी है तां दाह वी वड्डा खेड। बाजी अपने हाथ विच है, जे है हुक्म दा यक्का तां चल दे। लै भी रोटी काला। भाई झाकी की जाना, खा रोटी। रोटी तो ठीक है, आ गई है लस्सी है, शक जा। शाम नू दुध बदामा ना घोट के पियावांगे। ओए उस्ताद क्यों यार मेनू बीमार करन ते लक बन्ने तुसी है। भाई गर्मी बड़ी है, पिलाउणियां कोई बीयर बूर पिला दो। निर्णय काल जे कदे चपेड़ा खादिया है ते अगो बंदा दसे भी ना भी मारियां क्यों सी। की मतलब? मतलब ये की नशे पत्ते दी गल तने साडे अगे तां करती पर उस्ताद जी अगे ना करती। क्यों ओ शराब नहीं पींदे? ओ पिंड च किसे दे टीवी ते शराब दी मशहूरी नहीं आउण दिंदे। तू पीण दी गल करदा, इत्थे तेनू दुध दही मिलना, पी चुप करके। दुध? दुध तां भाई मैं कदे अपनी मां दा भी नहीं पीता। की मतलब? बेचारी जम दी उमर की सी, पर बाप मेरे साले दा सिरे दा शराबी, उन्हें तां भाई अपने तरीके नाल ही पालिया। हां मेरे साले दा बोतल नूं ही निपल ला लैंदा सीगा। ओ उस्ताद कहानी है तां तेरी दुख भरी पर हासा पता नहीं क्यों आई जांदा। पर इत्थे तेनू नशा मिलना नहीं। मैं फिर भज भी जाऊंगा इत्थों। शौक नाल जाओ सरकार, अगे दमन दे बंदे विचारे लभदे परेशान हुंदे होणे। बाई 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 बेंती है, बेंती है, बेंती है। तुसी मैनूं दुद्ध पिलाउणा है, दुद्ध पिलाउणा है। बीयर दी बोतल च लिया दो भाई, मन नूं ना सारा हौसला च रहूगा भी हथ च बोतल है। पिलाओ भी इहनूं दुद्ध। मुंडिया वे ज़रबै मुंडिया, कुड़ी वेख के कोरड़े छंद वरगी, मेरा प्यार करन नूं जी अरदा। काका जी मैं भांडे रखण चलिया जी, कुछ चाहिदा? एक कप चाह दा बना दे। चाह जी? हाँ चाह। अच्छा अच्छा हाँ मैं लाऊंगा अद्धे घंटे लई बना के। समझ गया समझ गया। मुंडे ज़रबै मुंडे, जेड़ी कैन फिरे तो गल कै मुंडे, कुछ पता भी तो लगे। हेलो हेलो, हाँ जी कौन? सत श्री अकाल जी, मैं युद्धवीर बोल रहा। व्हाट अ प्लेजेंट सरप्राइज, इन्नी सवेरे सवेरे। मैं वैसी असल च मैं पूछना सी कि गरीबी पंजाब जी सच्ची ऊंची खत्म हो गई जी? जी मैं मतलब समझी नहीं थोड़ा। मैं क्या जी, दो दिन हो गए तुसी किसे लोड़वंद गरीब नु लेके नहीं आए। अच्छा जी। लगे असी एक हां के दो, मिठी मिठी महक पिनी वगदी हवा, आज किन्नी चंगी चंगी लगदी हवा। तेरे विच मेरी मेरे तेरे विच लो, पता ही न लगे असी एक हाँ के दो।
पता मैनू भी ना कोई पहल तेरे वालों होई सी या मेरे वालों होई पता तेनू भी ना कोई पता मैनू भी ना कोई पहल तेरे वालों होई सी या मेरे वालों होई होले होले हुंदा हुंदा प्यार किया हो पता ही ना लगे ऐसी इक हाँ की दो रब जाने होया मैनू की मेरा चित कर तैनू जावा एक साहेबी हो रब दी सो रब जाने होया मैनू की मेरा चित कर तैनू जावा एक साहेबी शीशा बन चन्ना मेरे सामने खलो पता ही न लगे असी एक हां के दो सूत्रधार गुर प्यार इस सारी करतूत प्रधान दी है वरना उस दमन दी इन्नी औकात नहीं इंदर इंदर हां ये सारा मीडिया अपने पिंड वाले को तुरे आंदा भाई ओ तेरी ओ दस ने तेरा हां उधर नहीं इधरो इना दे पहुंचा तो पहला पहुंचना करया पा कुछ दिनों तो बड़े नाटकी तरीके नाल चल रहा पंजाब दा सियासी घटनाक्रम आज एक बड़ा ही हैरत अंगेज मोड ले गया है जोगा सिंह नाम दे शख्स ने हुने हुने साडे चैनल नू एक एक्सक्लूसिव बयान राही कबूल किया कि जिस ट्रक नाल सरदार गुरप्यार सिंह जी दी कार टकराई उस नू ओही चला रहा सी ओ एक हादसा नहीं सी सगो एक सोची समझी सारी सी जो मैं पैसे दे लालच आके युद्धवीर सिंह दे घर ते कीता सी डिंपी इंदे बहुत वड्डा पंगा पैण वाला गुरप्यार सिंह एक्सीडेंट केस विच मैनू कुछ नहीं पता तुसी की गल्ला कर रहे हो कौन गुरप्यार सिंह मैं नहीं जानता की होया युद्धवीर ये की हो रहा सब अपना युद्धवीर फिल्म देखी है तू राम और श्याम जिदा ओ एको शकल दे दो बंदे होंदे ना सो दरअसल तेरा भी कोई हम शकल है और उन्हें कोई गलत हरकत कर दिती है तो सारे ओदी थां ते तैनू ओ समझी जांदे आ पर इसे करके देख ला सारा मीडिया तेरे पिछे युद्धवीर
ਡਿੰਪੀ ਡਿੰਪੀ ਅਸੀਂ ਜੋ ਵੀ ਕਰ ਰਹੇ ਸੀ ਤੇਰੇ ਸੁਪਨੇ ਨੂੰ ਸੱਚ ਕਰਨ ਲਈ सीएम दी कुर्सी दा दावेदार बनया सीएम दे कतल दा गुनाकार युद्धवीर सिंह दान साहब हुक्म दा कद चल गया जी अजे भी असी बाजी नहीं जित दे ता सानू खिडारी कौन कहंदा भाई वाह मजा आ गया मजा मजा ते उदो आऊगा जदो मैं सीएम बनूंगा मैं कुछ नहीं सुनना चाहता मानवी कुछ नहीं सुनना तेनु सुनना पड़ेगा युद्धवीर अच्छा की सुनाना चाहनी है तू मेनू कितनी मदद करी है ना दोस्ता ने अगर सही होते ना तो मैंने सब कुछ दस दे मैंने दस क्यों नहीं रहे जानना चाहना तेरी याददाश्त खो गई सी मेरी याददाश्त चली गई थी हाँ मैं सच कह रही हूँ कौन सही है कौन गलत है ये मेनू नहीं पता लेकिन इन्ना प्यार अपने दोस्त नू कोई नहीं कर सकता जिन्ना ये दोनों तेनू कर देवे बंद कर यारे नू मसला सारा खत्म हुंदा ना आपा तां कितें दूर चली इस खलजगन तों आहो यार जिथे कोई ना होवे ओ नहीं यार उत्थे तां इहनूं होर मिस करांगे किसे रौनक मेले वाली थां ते चले जाणा यार ओ इदां दी थां तां उस पतंदर दी होर याद आया करू इस पतंदर नूं जिहड़ी आ दो पतंदरां दी याद आया करू आउंदी आ तां आई जावे ठेका लिया होया फिर मैनूं वी नाल ही लै चलो यार इदां किधर लै चलीए तेरे तो भज के चले ते एक काम करो मैनू माफ कर दियो अच्छा जी बहुत ऐदा किदा माफ कर दियो कर दो माफ यार हुण माफी पेरी पै के मंगा जां हाथ जोड़ के मंगा पैरां वाली ऑप्शन ठीक है सॉरी बस यार डिंपी जद मैनू कुछ याद ही नहीं तो हो सकता सीएम दा कतल मैं ही करवाया होगा यदवीर तेरा दिमाग शातर है पर क्रिमिनल नहीं तू एहो जिहा घटिया काम कदे भी नहीं कर सकता दोस्त यार जिहड़ा बंदा खुद अपने ते गोली चलाउण दा रिस्क लै सकता है वो किसे भी हद तक जा सकता युद्धवीर तेनू अपने दोस्तां ते पूरा भरोसा होना चाहिदा है ओ भरा सही गलत दा फैसला अदालत च हो जाऊगा हाले तेरा बयान पब्लिक तक पहुंचना सब तो जरूरी है बस ओके गाइस वी आर रेडी चलिए चला बाय सोचदे हां तू आ जरा जरूरी चलो ऑल द बेस्ट पर मैं तुहाडे सारिआं तक इही सुनेहा पहुंचाउण लई कैमरे अगे आया कि मेरे ते लगे इल्जाम निरे झूठ ने ते मैं सबूतां नाल पेश हूं ठीक है ठीक है ना मैसेज आ रहा है बस रेडी रेडी सारे पंजाब वासियां नूं सत्कार भरी सत श्री अकाल मैं अज इस चैनल दे जरिए तुहानूं सब नूं इह सुनेहा देना चाहुंदा है कि मैं किते लुकिया नहीं ते मैं कल पुलिस कस्टडी च कल कोर्ट दे विच पेश होवांगा जिथे दुध दा दुध ते पानी दा पानी हो जावेगा ਸਤਿ ਸ਼੍ਰੀ ਅਕਾਲ ਉਹ ਯਾਰ ਉਹ ਕੀ ਬੋਲੀ ਜਾਣਾ ਯਾਰ ਤੇਰਾ ਦਿਮਾਗ ਖਰਾਬ ਯਾਰ ਲਾਸਟ ਲਾਈਨ ਕੱਟ ਤੋ ਲਾਸਟ ਲਾਈਨ ਹੀ ਚੱਲੇਗੀ ਕੱਲ ਦਾ ਕੀ ਮਤਲਬ ਹੈ ਕੱਲ ਕਿਉਂ ਕਮਿਟ ਕਰ ਰਹੇ ਹੋ ਯਾਰ ਕਿਸੇ ਨਾਲ ਤੁਸੀਂ ਕੀ ਕਹਿ ਰਹੇ ਹੋ ਇਟਸ ਲਾਈਵ ਇਟਸ ਔਨ 에ਅਰ ਜਾ ਚੁੱਕਾ ਮੈਂ ਜੋ ਕੁਝ ਕਿਹਾ ਨਾ ਬਹੁਤ ਸੋਚ ਸਮਝ ਕੇ ਕਿਹਾ ਠੀਕ ਹੈ ਕੀ ਯਾਰ
युद्धवीर किथे यार? हाथ बहुत वधिया किता, वेरी गुड। पर एक गल दा ध्यान रखी, इस गल दा किसे नूं पता ना लगे। किस गल दा पता ना लगे? यही कि तू युद्धवीर नूं अगवा किता है। अगवा? मैं किसे नूं अगवा नहीं किता। लफड़ा है तेनूं, शर्म नहीं आई हरकत करदे नूं? मैनू तेरे तो उम्मीद नहीं सी कि परौंठा बिना मक्खन तो लेके आएगा। सर सारे इल्जाम तुहाडे ते आ रहे ने कि तुसीं युद्धवीर नूं किडनैप करवाया। की कहना चाहते हो तुसीं? मैं अगवा किया है। एक मिनट। लेकिन सर आपका इस केस में नाम बार बार लिया जा रहा है, क्या आप स्पष्टीकरण नहीं देना चाहेंगे? तो लगता मैं थोनू स्पष्टीकरण दूंगा। की कर रहे हो? हटो पीछे, पीछे तो हो। ओए हो। जलवा हो गया भाई, जलवा नहीं। गल सुनो, है मूली दे परौंठियां दे नाल लस्सी तां भेज दिंदे। अच्छा भाई साहब, अगवा होके आए हो कि मामे दी बराते आए हो? तो सेवा करिए थोड़ी, मौजा कर दे, अगवा कर। अगवा होए ने तो सबर दा घोटी पीना हुंदा। पत्रकारा नाल हथो पाई होके कोई मसला हल नहीं। किता हुंदा मसला हल? दस किता हुंदा? देख दमन, इस वक्त साड़ी कोई भी गोटी सिद्धी नहीं पै रही। युद्धवीर साड़े तो एक कदम अगे चल रहा है, जेकर असी उस तो दो कदम अगे ना निकले तो सानू लेने दे देने पै जाने है। ओ मैं क्या मालको, कले कले पी जाने हो? कोई साडा भी ख्याल कर लो। आ झोटा किन्ना भी रज्या होवे, साला बगानी खुरली च मुंह मारनो नहीं जांदा। ओ चुप। हेलो जल्ला जी जनाब। ओ चुप गया, जिंदा नहीं रहना चाहिदा। लिया भाई, कट चोटे नु बाहर। जी जनाब। ਸੀਐਮ ਸਾਹਿਬ ਦਾ ਕਤਲ ਦਮਨਜੀਤ ਨੇ ਹੀ ਕਰਵਾਇਆ ਤੇ ਹੁਣ ਜਦੋਂ ਉਸ ਨੂੰ ਸੱਚ ਖੁੱਲਣ ਦਾ ਡਰ ਸਤਾਉਣ ਲੱਗਿਆ ਉਸ ਨੇ ਮੈਨੂੰ ਵੀ ਝੂਠੇ ਪੁਲਿਸ ਮੁਕਾਬਲੇ ਵਿੱਚ ਮਰਵਾਉਣ ਦੀ ਕੋਸ਼ਿਸ਼ ਕੀਤੀ। ਚੰਗਾ ਵੀ ਜੋਗਿਆ, ਤੇਰਾ ਕੰਮ ਖਤਮ। ਚੰਗਾ ਜੀ, ਸਤਿ ਸ੍ਰੀ ਅਕਾਲ। ओ यार युद्धवीर, तू एदा किदा जोगे नूं जान दिता? उन्हें जाके दमन नूं दस्ता फेर इतना ही तो भेजा
ਇਹ ਜੋਗਾ ਨਹੀਂ ਇਹ ਚੋਗਾ ਦਮਨ ਨੂੰ ਪਾਇਆ ਚੋਗਾ गलती की भी है कोई गल नहीं चौक से पर गलत बंदे नाल गलत कर चुके है तू गलती माफ कर दे जनाब पैसिया ने मेरी मत मार ली तुहानू रब दा वास्ता मेनू माफ कर दे जेला चाहिदा मेनू दस दस ओ किथे आ मैं तुहानू दसदा वेलकम वेलकम युद्धवीर सिंह सॉरी 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 सीएम साहब चूहे बिल्ली दा खेड़ दे हजूर साढ़े गरीब खाने च तशरीफ ले आए बड़ी ज्यादती कीती तुसी दमनजीत नाल बड़ी ज्यादती कीती दमनजीत अपना शिकार खुद लब लब के मारदा है और तू मेरा शिकार मेरी बंदूक दे सामने लिया के रख दा वेरी बैड वेरी वेरी बैड वेरी बैड तू बड़ा लकी है सीएम ते बॉडीगार्ड हुंदे पर तेरा ते सीएम ही बॉडीगार्ड है और अपने बॉडीगार्ड नू तेनू मेरे तो बचाए बोल तेनू की लग्या कि ये मेरे खिलाफ गवाही दूंगा दमनजीत के खिलाफ गवाही दूंगा एदी आवाज और इसनू इथे दफना दूंगा इथे की बक रहा होश नाल गल कर इस सौदा तेनू बड़ा महंगा पेगा दमन डिंपी जी सस्ते सौदे दासी कर दे ही नहीं गल सस्ते जा महंगे दी नहीं सौदा करना होना चाहिदा
लीजिए आपके सामने हाजिर हैं जाने माने मिमिक्री फनकार डिम्पी धालीवाल। ऑपरेशन थिएटर से सीधा ओपन एयर थिएटर में तालियां। वैसे जिन्हें दोनों हाथ ठीक ने, मतलब मेरे वांगू स्लिंग नहीं पाई हुई, वो तालियां मार सकते ने। आई डोंट माइंड। और हुण मैं पंजाब दे नवे मुख्यमंत्री जनाब युद्धवीर सिंह सिद्धू साहब नु गुजारिश करांगा कि मंच ते तशरीफ लेके आउन। हो जाओ भाई सीएम साहब। हैं ना तो मैं सीएम ते ना मैं किसी स्टेज ते जाना चाहूंगा। व्हाट? हां ओ यार हुण एक ही ड्रामा है ओ असि की नहीं कीता इत्थे पहुंचण लई। सिर धरदी बाजी ला दित्ती यार। जो होना सी ओ हो गया। मैं होर कुछ पाउन दी सिवाय जो कुछ मेरे कोल है उस संभाल के रखना चाहना। युद्धवीर आज तेनु रब ने ताकत बख्शी है, तू पूरे पंजाब नु संभाल सकदा है। तू तो सिर्फ सानू प्यार करदा है ते जड़ा सारे पंजाब दे लोका ने तेरे लिए प्यार दिखाया ओदा की। तू इना लोका दे प्यार नाल विश्वासघात नहीं कर सकदा युद्धवीर। युद्धवीर पंजाब दी पग दा गवाचदा जांदा शमला, बापू जी की पग का टिकिया तुरला तू ही कायम कर सकता है। लखां लोकां ने सच्चे दिल नाल फर्ज निभाउणा अज तो तेरी वारी पूरी करनी प्यो अपने दी पूरी करनी प्यो अपने दी रीझ अधूरी पई गुड़न कुटे नानका ओड़क सच रही गुड़न कुटे नानका ओड़क सच रही।
मेरे पीछे इकट्ठी हुई ये भीड़ खास तौर ते सीएम दफ्तर दे बाहर है मौजूद है जो के आप युद्धवीर सिंह जी नू बधाई देना चाहते ने। राज न दे है जो ले है निज बल से ले है। Suck.